ਅੱਜ ਇਹ ਸਾਡੀ ਪਾਰਟੀ ਵੱਲੋਂ ਬੇਗਮਪੁਰਾ ਸਾਂਝਾ ਫਰੰਟ ਵੱਲੋਂ ਲੜ ਰਿਹਾ ਅਤੇ ਅਸੀਂ ਆਪਣੀ ਪਾਰਟੀ ਦੇ ਵਿੱਚ ਇੱਦਾਂ ਦੇ ਬੰਦੇ ਖੜ੍ਹੇ ਕੀਤੇ ਆ ਜਿਹੜੇ ਬਿਲਕੁਲ ਗਰੀਬ ਲੋਕ ਨੇ। ਆਹ ਭਾਜੀ ਸਾਡੇ ਕਿਸਾਨ ਨੇ, ਰਮੇਸ਼ ਲਾਲ ਜੀ ਗੁਰਦਾਸਪੁਰ ਤੋਂ, ਇਹ ਇੱਥੋਂ ਹੋ ਗਏ। ਔਰ ਜੇ ਗੱਲ ਕਰੀਏ ਭੋਲਾ ਪੈਂਚਰਾਂ ਵਾਲਾ, ਸ਼ਿੰਦਾ ਚਾਹ ਵਾਲਾ ਫਰੀਦਕੋਟ ਤੋਂ, ਅਤੇ ਮੇਰੀ ਵਾਈਫ ਅੰਮ੍ਰਿਤਸਰ ਤੋਂ, ਔਰ ਮੈਂ ਵਾਰਾਣਸੀ ਜਲੰਧਰ ਤੋਂ ਵੀ। ਤਕਰੀਬਨ 13 ਸੀਟਾਂ ਦੇ ਉੱਤੇ ਆਪਾਂ ਮੁਕਾਮ ਹਾਸਿਲ ਕਰ ਲਿਆ ਜੀ, ਖੁੱਲ੍ਹ ਕੇ ਮੈਦਾਨ 'ਤੇ। ਟੀਟੂ ਬਾਣੀਆ ਲੁਧਿਆਣੇ ਤੋਂ ਲੜਾਤਾ ਜੀ ਆਪਾਂ। ਆਪਾਂ ਗੱਲ ਇਹ ਕਹਿਣਾ ਚਾਹੁੰਦੇ ਵੀ ਇੱਕ ਹਰ ਵਾਰੀ ਇੱਕੋ ਬੰਦੇ ਨੂੰ ਸੀਟ ਕਿਉਂ ਦਿੱਤੀ ਜਾਂਦੀ ਹੈ? ਉਹ ਜਿੱਤਿਆ ਹੁੰਦਾ ਫਿਰ ਉਹੀ ਲੜ ਪੈਂਦਾ ਦੁਬਾਰਾ ਕਿਉਂ? ਇੱਕ ਐਮ ਪੀ ਆ, ਉਹ 5 ਸਾਲਾਂ ਵਿੱਚ ਆਪਣੀ ਪੈਨਸ਼ਨ ਲਗਾ ਰਿਹਾ, ਪੈਸੇ ਕਮਾ ਰਿਹਾ, ਚੰਗੇ ਪੈਸੇ ਛਾਪ ਰਿਹਾ ਜੀ। ਉਹ 5 ਕਰੋੜ ਰੁਪਇਆ ਵੀ ਖਾ ਗਿਆ, ਉਹ ਇੱਕ ਸਾਲ ਦਾ 5 ਕਰੋੜ ਮਿਲਦਾ, ਪਰ ਜੇ 5 ਸਾਲਾਂ ਦੀ ਗੱਲ 25 ਕਰੋੜ ਰੁਪਈਆ, ਉਹ ਵੀ ਹਿਸਾਬ ਕੋਈ ਨਹੀਂ ਉਹਦੇ ਕੋਲ। ਅਤੇ ਜੇ ਗੱਲ ਕਰੀਏ ਇੰਨੇ ਪੈਸੇ ਲੈਣ ਤੋਂ ਬਾਅਦ ਆਪਣੀ ਪੈਨਸ਼ਨ ਆ ਰਿਹਾ, ਸਰਕਾਰੀ ਬੰਦਾ ਜਿਹੜਾ ਪੁਰਾਣਾ ਵਿਚਾਰਾ 10-20 ਸਾਲ 30 ਸਾਲ ਕੰਮ ਕਰਦਾ, ਉਹਦੀ ਪੈਨਸ਼ਨ ਬੰਦ ਕਰਾਈ ਜਾਂਦੀ, ਕਿਉਂ ਕਰਾਈ ਜਾਂਦੀ ਹੈ? ਫਿਰ ਹੁਣ ਸਾਡੇ ਗੱਲ ਸੰਵਿਧਾਨ ਦੀ ਆ ਜਾਂਦੀ ਆ, ਕਹਿੰਦੇ ਅਸੀਂ ਸੰਵਿਧਾਨ ਬਦਲਦਾ, ਕਿੱਦਾਂ ਬਦਲੋਗੇ ਸੰਵਿਧਾਨ? ਤੁਸੀਂ ਸੰਵਿਧਾਨ ਬਦਲ ਕੇ ਦੇਖੋ, ਇੱਕ ਦਿਨ ਦੇ ਵਿੱਚ ਤੁਹਾਨੂੰ ਨਾ ਅਸਤੀਫਾ ਦਵਾ ਤਾਂ ਸਾਰਿਆਂ ਨੂੰ ਬੇਦਖਲ ਕਰਿਓ। ਕੋਈ ਵੀ ਸਮਾਜ ਕੋਈ ਬੰਦਾ ਅੱਗੇ ਆਵੇ, ਇਹਨਾਂ ਦੇ ਬੰਦਿਆਂ ਨੂੰ ਸੀਟ ਮਿਲਦੀ ਹੈ ਜੀ, ਕਰੋੜਪਤੀ ਹੈ, ਅਰਬਪਤੀ ਹੈ, ਉਹ ਬੰਦਾ ਵਾ ਜਿਹੜਾ ਪਹਿਲਾਂ ਬਣਿਆ 10 ਸਾਲ, ਉਹੀ ਫਿਰ 15 ਸਾਲ ਬਣੇ, ਕਿਉਂ? ਇਹ ਕਿ ਇੱਥੇ ਵੱਡੇ ਵੱਡੇ ਜਿਹੜੇ ਕਰੋੜਪਤੀ ਅਰਬਪਤੀ ਬੰਦੇ ਤੁਸੀਂ ਲੈ ਖੜੇ ਕਰਾਤੇ, ਜਿਨ੍ਹਾਂ ਨੇ ਦੁਬਾਰਾ ਲੱਭਣਾ ਨਹੀਂ? 2.5 ਕਿਲੋ ਹੱਥ ਜਿਹਦਾ ਬੰਦੇ ਦਾ, ਉਹ ਗੁਰਦਾਸਪੁਰ 'ਚ ਉਹਨਾਂ ਇਸ਼ਤਿਹਾਰ ਵੀ ਲਾਤੇ ਵੀ ਇਹ ਬੰਦਾ ਗੁਆਚ ਗਿਆ ਵਾ, ਇਹਨੂੰ ਲੱਭ ਕੇ ਜਿਹੜੇ ਲੱਭ ਕੇ ਲਿਆਊਗਾ ਉਹਨੂੰ 1 ਲੱਖ ਰੁਪਏ ਇਨਾਮ ਦਿੱਤਾ, ਹਜੇ ਤੱਕ ਉਹ ਬੰਦਾ ਨਹੀਂ ਲੱਭਿਆ ਗਿਆ। ਅਤੇ ਗੱਲ ਕਰੀਏ ਸੁਨੀਲ ਜਾਖੜ ਕਿਸ ਇਲਾਕੇ ਨਾਲ ਵੋਟ ਮੰਗਦਾ ਵਾ, ਕਿਸ ਏਰੀਏ ਨਾਲ ਵੋਟ ਮੰਗਦਾ ਵਾ? ਅਤੇ ਬਿੱਟੂ ਨੂੰ ਗੱਲ ਕਰੀਏ, ਉਹ ਕਾਂਗਰਸ ਛੱਡ ਕੇ ਉੱਧਰ ਆ ਗਿਆ, ਇੱਧਰ ਆ ਗਿਆ, ਉਹਨੂੰ ਵੋਟ ਦਊਂਗੇ? ਲੈ ਤੁਸੀਂ ਜਿੱਦਾਂ ਮਰਜ਼ੀ ਚੱਲੋ, ਅੰਦਰੋਂ ਚਲੋ, ਬਾਹਰੋਂ ਚਲੋ, ਕੋਈ ਚੱਕਰ ਨਹੀਂ, ਜਿਹੜੀ ਵੋਟ ਹੈ ਉਹ ਇੱਧਰ ਪਾਉਣੀ ਹੈ। ਤੁਹਾਨੂੰ ਸਮਝਦਾਰ ਇਸ਼ਾਰਾ ਕਰ ਦਿੱਤਾ ਮੈਂ। 50 ਬੰਦਾ ਸਾਡੀ ਗਲੀ 'ਚ ਆ ਕੇ ਪਤਾ ਕੀ ਕਹਿ ਰਿਹਾ ਸੀ? ਕਹਿੰਦਾ ਤੁਸੀਂ ਚੰਗਾ ਨਹੀਂ ਕੀਤਾ। ਮੈਂ ਕਿਹਾ ਚੰਗਾ ਕੀ ਗੱਲ? ਮੈਂ ਕਿਹਾ ਸਾਡੇ 25-30 ਸਾਲ ਹੋ ਗਏ ਅਸੀਂ ਇੱਥੇ ਰਹਿ ਰਹੇ ਹਾਂ, ਸਾਡੀ ਹਾਲਤ ਤੁਸੀਂ ਦੇਖ ਰਹੇ ਹੋ। ਫਿਰ ਬਣਵਾਈ ਉਹਨਾਂ ਨੇ 1 ਨੰਬਰ ਗਲੀ, ਇੱਥੇ ਗਟਕਾ ਨਹੀਂ, ਕੁਛ ਨਹੀਂ, ਕੀ ਗੱਲ ਇੱਥੇ? ਕੋਈ ਬੰਦੇ ਦੀ ਕੋਈ ਹੈ ਨਹੀਂ ਬਿਲਕੁਲ। ਮੈਂ ਤਾਂ ਸਾਫ ਜਿਹੜੀ ਗੱਲ ਕਹਿੰਦੀ, ਇਹਦਾ ਮਤਲਬ ਚਮਚੇ ਨਾਲ ਖੜੇ ਨੇ, 1 ਪਲੇਟ ਭਰੀ ਵੀ ਹੈ, 1 ਪਲੇਟ ਖਾਲੀ ਹੋਣ ਜਾ ਰਹੀ, ਜਣਾ ਖਾਣਾ ਚਮਚਾ ਨਾ ਆਪਣੇ ਵਿੱਚ ਵਾੜਨ ਨੂੰ ਕਰਦਾ ਪਿਆ। ਜਿਹਨੂੰ ਤਕਲੀਫ ਹੁੰਦੀ ਹੋ ਹੀ ਜਾਵੇ, ਜਿਹੜਾ ਮੂੰਹ 'ਤੇ ਗੱਲ ਕਰਨਾ ਸਾਡੇ ਮੂੰਹ 'ਤੇ ਆ ਕੇ ਗੱਲ ਕਰਨ। ਅੱਜ ਇਹ ਵੀਡੀਓ ਹੈ ਨਾ, ਜਿਵੇਂ ਜਿਵੇਂ ਉਹਨਾਂ ਕੋਲ ਵੀਡੀਓ ਜਾਏਗੀ ਨਾ, ਸ਼ਾਮ ਨੂੰ ਸਾਡੇ ਘਰ ਆ ਕੇ ਪੁੱਛਣਗੇ ਵੀ ਆ ਤੁਸੀਂ ਚੰਗਾ ਨਹੀਂ ਕੀਤਾ, ਅਸੀਂ ਮਾੜਾ ਵੀ ਕੀ ਕੀਤਾ ਹੈਗਾ, ਅੱਜ 2 ਮਹੀਨੇ ਦੀ ਰਾਤ ਹੋ ਗਈ ਸੜਕ ਬਣ ਰਹੀ, ਇੱਥੇ ਆ ਕੇ ਟਾਈਲਾਂ ਖਤਮ ਹੋ ਜਾਂਦੀਆਂ ਨੇ। ਕਹਿੰਦਾ ਤੁਸੀਂ ਗੱਲ ਕਿਉਂ ਕੀਤੀ? ਜਿਹੜੀ ਗੱਲ ਕਹਿਣੀ ਹੈ ਤਾਂ ਮੂੰਹ 'ਤੇ ਕਰੋ, ਗੱਜ ਵੱਜ ਗਿਆ, ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ, ਠੀਕ ਹੈ ਭਾਈ ਸਾਹਿਬ? ਸਾਡੇ ਘਰ ਕੋਈ ਰਾਸ਼ਨ ਨਹੀਂ ਪਾ ਰਿਹਾ, ਹਰ ਕੋਈ ਮਿਹਨਤ ਕਰਦਾ ਪਿਆ ਅਤੇ ਖਾ ਰਿਹਾ। ਮਹਾਰਾਣੀ ਪਰਨੀਤ ਕੌਰ ਲਾ ਲਓ, 4 ਵਾਰ MP ਲੈ ਚੁੱਕੇ ਨੇ ਪਟਿਆਲੇ ਤੋਂ, ਉਹਨਾਂ ਨੇ ਕੀ ਕੀਤਾ? ਜੇ ਉਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਅੱਜ ਇਹ ਕਲੋਨੀਆਂ ਦਾ ਹਾਲ ਨਾ ਹੁੰਦਾ ਬਈ। ਕਾਂਗਰਸ ਤਾਂ ਕਾਂਗਰਸ ਨੂੰ ਹੀ ਹੈਰਾਨ ਤੇ ਤੁਲੀ, ਇਹਨਾਂ ਦਾ ਆਪਸ 'ਚ ਹੀ ਨਹੀਂ ਹੈਗਾ ਸਮਝੌਤਾ ਕਿ ਅਸੀਂ ਨਾ ਕਿਸੇ ਲਾਲਚ ਵਿੱਚ ਆਉਣਾ, ਅਸੀਂ ਆਪਣੀ ਜਾਨ ਦੇ ਦਾਂਗੇ, ਪਰ ਅਸੀਂ ਨਾ ਕਿਸੇ ਦੇ ਲਾਲਚ ਆਵਾਂਗੇ, ਨਾ ਅਸੀਂ ਕਿਸੇ ਦੇ ਦਬਾਅ ਹੇਠ ਬੈਠਾਂਗੇ, ਲੜਾਂਗੇ, ਡਟ ਕੇ ਲੜਾਂਗੇ, ਆਖਰੀ ਦਮ ਤੱਕ ਲੜਾਂਗੇ। ਉਹ ਜਿਹੜੇ ਵੱਡੇ ਵੱਡੇ ਸੁਨੀਲ ਜਾਖੜ ਵਰਗੇ, ਉਹ ਇਹਨਾਂ ਦੇ ਘਰ ਆਣ ਡੇ ਆ ਵੀ ਯਾਰ ਤੂੰ ਬਹਿ ਕੇ ਫੈਸਲਾ ਕਰ ਰਿਹਾ ਸਾਰ, ਵੀ ਇਹਨੇ ਕਿਹੜਾ ਲੜਾਈ ਕੀਤੀ? ਕੋਈ ਲੜਾਈ ਥੋੜ੍ਹੀ ਕੀਤੀ ਆ, ਇਹ ਇਲੈਕਸ਼ਨ 'ਚ ਲੜਦਾ ਪਿਆ, ਇਲੈਕਸ਼ਨ 'ਚ ਗੱਲ ਕਰੋ ਆ ਕੇ। ਉਹ ਯਾਰ ਤੂੰ ਸਾਡਾ ਘਰ ਦਾ ਬੰਦਾ, ਤੂੰ ਸਾਡੇ ਚਾਚੇ ਦਾ ਮੁੰਡਾ, ਕਹਿੰਦਾ ਉਹ ਕਿੱਦਾਂ ਚਾਚੇ ਦਾ ਮੁੰਡਾ? ਅੱਜ ਤੈਨੂੰ ਚਾਚੇ ਦੇ ਮੁੰਡੇ ਯਾਦ ਆਉਣ ਲੱਗ ਪਏ। BJP ਦੇ ਵਿੱਚ ਆਪਣੇ ਜ਼ਿਲ੍ਹਾ ਪ੍ਰਧਾਨ ਰਹੇ ਹਾਂ ਕਾਫੀ 5-7 ਸਾਲ ਤੋਂ, ਅਤੇ ਸਾਨੂੰ ਇਹਨਾਂ ਪਾਰਟੀਆਂ ਨੇ ਕੁਛ ਵੀ ਨਹੀਂ ਦਿੱਤਾ। ਜੇ ਸਾਨੂੰ 5 ਕਰੋੜ ਦੇਵੋਗੀ ਨਾ ਤਾਂ ਅਸੀਂ 5 ਤੇ 5 ਕਰੋੜ ਹੀ ਲਾਵਾਂਗੇ, ਉਹ ਅਸੀਂ ਲਿਖਤੀ ਤੌਰ 'ਤੇ ਦੇਵਾਂਗੇ।
ਕਿਉਂਕਿ ਹਜੇ ਤੱਕ ਕੋਈ ਵੀ ਸਰਕਾਰਾਂ ਨੇ ਲਿਖਤੀ ਤੌਰ 'ਤੇ ਕਦੀ ਵੀ ਕੋਈ ਪ੍ਰਵਾਨ ਨਹੀਂ ਦਿੱਤਾ। ਤਦ ਸੰਨੀ ਦਿਓਲ ਆਉਂਦਾ ਸੀ, ਉਹ ਕਹਿੰਦਾ ਮੇਰਾ 2.5 ਕਿਲੋ ਕਾ ਹੱਥ ਜਿੱਥੇ ਵੱਜਦਾ ਉੱਥੇ ਤੋੜ ਦਿੰਦਾ। ਉਹ ਮੈਂ ਕਹਿੰਦਾ ਸਾਡੀ ਇੱਕ ਉਂਗਲੀ ਬੜੀ ਆ। ਤੁਸੀਂ ਵੇਖ ਰਹੇ ਹੋ ਸਕਾਈਨਿਊਜ਼ ਪੰਜਾਬ ਤੇ ਮੈਂ ਤੁਹਾਡੇ ਨਾਲ ਮੀਨਾਕਸ਼ੀ ਧਾਰੀਵਾਲ। ਲੋਕ ਸਭਾ ਚੋਣਾਂ ਦੇ ਵਿੱਚ ਜਿੱਥੇ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਆਪਣੀ ਕਿਸਮਤ ਅਜਮਾਉਣਗੇ, ਉੱਥੇ ਹੀ ਦੂਜੇ ਪਾਸੇ ਆਜ਼ਾਦ ਉਮੀਦਵਾਰ ਜਿਹੜੇ ਨੇ ਉਹ ਵੀ ਚੋਣ ਮੈਦਾਨ ਦੇ ਵਿੱਚ ਉਤਰਦੇ ਹੋਏ ਨਜ਼ਰ ਆ ਰਹੇ ਨੇ। ਅੱਜ ਅਸੀਂ ਰਾਜਪੁਰਾ ਦੇ ਵਿੱਚ ਪਹੁੰਚੇ ਜਿੱਥੇ ਕਿ ਨੰਨਾ ਨਾਮ ਦੇ ਨੌਜਵਾਨ ਜਿਹੜੇ ਨੇ ਉਹਨਾਂ ਦੇ ਵੱਲੋਂ ਚੋਣ ਲੜਨ ਦਾ ਫੈਸਲਾ ਲਿਆ ਗਿਆ ਅਤੇ ਉਹਨਾਂ ਨੂੰ ਸਮਰਥਨ ਦੇਣ ਦੇ ਲਈ ਅੱਜ ਨੀਟੂ ਛੱਟਰਾ ਵਾਲੇ ਜਿਹੜੇ ਨੇ ਇੱਥੇ ਪਹੁੰਚੇ ਨੇ, ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ। ਮਿਹਰਬਾਨੀ ਤੁਹਾਡੀ, ਧੰਨਵਾਦ ਜੀ। ਸੋ ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਭਗਵਾਨ ਵਾਲਮੀਕਿ, ਜੈ ਗੁਰੂ ਰਵਿਦਾਸ, ਧੰਨ ਧੰਨ ਸ਼੍ਰੀ ਗੁਰੂ ਰਵਿਦਾਸ। ਹਾਲੇਲੂਇਆ, ਗੌਂਸ ਪਾ ਖੁਸ਼ੀਆਂ ਦੇ ਵਾਲਾ ਤਾਲਾ ਸਭ ਨੂੰ ਖੁਸ਼ ਰੱਖੇ। ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨਾ, ਮੈਨੂੰ ਬਖਸ਼ ਲਓ। ਜਕਾਰਾ ਮਾਂ ਚਿੰਤਪੁਰਨੀ ਦਾ ਬੋਲ ਸਾਚੇ ਦਰਬਾਰ ਕੀ ਜੈ। ਤੁਸੀਂ ਅੱਜ ਨੰਨਾ ਜੀ ਨੂੰ ਸਮਰਥਨ ਦੇਣ ਲਈ ਪਹੁੰਚੋ, ਕੀ ਕੁਝ ਕਹਿਣਾ ਚਾਹੋਗੇ? ਦੇਖੋ, ਇਸ ਬੰਦੇ ਦੀ ਬਹੁਤ ਹਿੰਮਤ ਆ ਕਿ ਅੱਜ ਇਹ ਸਾਡੀ ਪਾਰਟੀ ਵੱਲੋਂ ਬੇਗਮਪੁਰਾ ਸਾਂਝਾ ਫਰੰਟ ਵੱਲੋਂ ਲੜ ਰਿਹਾ ਅਤੇ ਅਸੀਂ ਆਪਣੀ ਪਾਰਟੀ ਦੇ ਵਿੱਚ ਇੱਦਾਂ ਦੇ ਬੰਦੇ ਖੜ੍ਹੇ ਕੀਤੇ ਆ ਜਿਹੜੇ ਬਿਲਕੁਲ ਗਰੀਬ ਲੋਕ ਨੇ। ਆ ਭਾਜੀ ਸਾਡੇ ਕਿਸਾਨ ਨੇ, ਰਮੇਸ਼ ਲਾਲ ਜੀ ਗੁਰਦਾਸਪੁਰ ਤੋਂ, ਇਹ ਇੱਥੋਂ ਹੋ ਗਏ। ਔਰ ਜੇ ਗੱਲ ਕਰੀਏ ਭੋਲਾ ਪੈਂਚਰਾਂ ਵਾਲਾ, ਸ਼ਿੰਦਾ ਚਾਹ ਵਾਲਾ ਫਰੀਦਕੋਟ ਤੋਂ, ਅਤੇ ਮੇਰੀ ਵਾਈਫ ਅੰਮ੍ਰਿਤਸਰ ਤੋਂ, ਔਰ ਮੈਂ ਵਾਰਾਣਸੀ ਜਲੰਧਰ ਤੋਂ ਵੀ। ਤਕਰੀਬਨ 13 ਸੀਟਾਂ ਦੇ ਉੱਤੇ ਆਪਾਂ ਮੁਕਾਮ ਹਾਸਲ ਕਰ ਲਿਆ ਜੀ, ਔਰ 13 ਸੀਟਾਂ ਦੇ ਉੱਤੇ ਲੜਾਂਗੇ ਜੀ ਆਪਾਂ ਜੀ, ਖੁੱਲ੍ਹ ਕੇ ਮੈਦਾਨ ਤੋਂ। ਟੀਟੂ ਬਾਣੀਆ ਲੁਧਿਆਣੇ ਤੋਂ ਲੜਾਤਾ ਜੀ ਆਪਾਂ। ਆਪਾਂ ਗੱਲ ਇਹ ਕਹਿਣਾ ਚਾਹੁੰਦੇ ਵੀ ਇੱਕ ਹਰ ਵਾਰੀ ਇੱਕੋ ਬੰਦੇ ਨੂੰ ਸੀਟ ਕਿਉਂ ਦਿੱਤੀ ਜਾਂਦੀ ਹੈ? ਉਹ ਜਿੱਤਿਆ ਹੁੰਦਾ ਫਿਰ ਉਹੀ ਲੜ ਪੈਂਦਾ ਦੁਬਾਰਾ, ਕਿਉਂ? ਚਾਹੇ ਮੈਂ ਇੱਕ ਵਾਰੀ ਬਣੂੰਗਾ, ਉਸ ਤੋਂ ਬਾਅਦ ਮੈਨੂੰ ਮੌਕਾ ਦਿੱਤਾ ਜਾਵੇ, ਕਿਸੇ ਹੋਰ ਨੂੰ ਮੌਕਾ ਦਿੱਤਾ ਜਾਵੇ, ਕਿਸੇ ਗਰੀਬ ਪਰਿਵਾਰ ਨੂੰ ਮੌਕਾ ਦਿੱਤਾ ਜਾਵੇ ਕਿ ਜਿਹੜਾ ਲੋਕਾਂ ਦੀ ਆਵਾਜ਼ ਚੱਕੇ, ਲੋਕਾਂ ਨੂੰ ਸੱਚ ਪਹੁੰਚਾ ਸਕੇ ਔਰ ਮਹਿੰਗਾਈ ਨੂੰ ਘਟਾ ਸਕੇ। ਅੱਜ ਤੱਕ ਜੇ ਮਹਿੰਗਾਈ ਘਟਦੀ, ਸਿਲੰਡਰ ਦਾ ਰੇਟ 400 ਸੀ, 1100 ਲੈਣ ਡੇ ਆ, 50 ਰੁਪਏ ਲੀਟਰ ਪੈਟਰੋਲ ਦਾ, 100 ਰੁਪਏ ਲੈਣ ਡੇ, ਕੋਈ ਬੰਦਾ ਨਹੀਂ ਬੋਲਿਆ, ਕੋਈ ਕੁਛ ਨਹੀਂ ਕਰ ਸਕਿਆ। ਇਸ ਟਾਈਮ ਮੁੱਦਾ ਵਾ, ਇਸ ਟਾਈਮ ਮੁੱਦਾ ਵਾ, ਅਤੇ ਇੱਕ ਗੱਲ ਕਰਨੀ ਚਾਹੀਦੀ ਸਾਨੂੰ। ਇੱਥੇ ਲਾਗੇ ਕਿਸਾਨਾਂ ਦਾ ਧਰਨਾ ਲੱਗਾ, ਅਸੀਂ ਉੱਥੇ ਵੀ ਜਾਵਾਂਗੇ ਔਰ ਮਿਲ ਕੇ ਆਵਾਂਗੇ ਕਿਸਾਨਾਂ ਨੂੰ, ਕਿਉਂਕਿ ਸਾਡੇ ਦੇਸ਼ ਦਾ ਨਾਰਾ ਜੈ ਜਵਾਨ ਜੈ ਕਿਸਾਨ ਹੈ। ਜੇ ਆਪਾਂ ਕਿਸਾਨਾਂ ਦੀ ਮਦਦ ਨਾ ਕੀਤੀ, ਜਵਾਨਾਂ ਦੀ ਮਦਦ ਨਾ ਕੀਤੀ, ਅੱਗੋਂ ਆਪਣੇ ਭਾਰਤ ਦੇਸ਼ ਦੇ ਵਿੱਚ, ਪੰਜਾਬ ਦੇ ਵਿੱਚ ਨੌਕਰੀਆਂ ਨਹੀਂ ਹੈਗੀ। ਸਰਕਾਰਾਂ ਪੰਜਾਬ ਨੂੰ ਨੌਕਰੀ ਨਹੀਂ ਦੇ ਰਹੀ, ਕਿਉਂ ਨਹੀਂ ਦੇ ਰਹੀ? ਜਿਹੜਾ ਇੱਕ MP ਆ, ਉਹ 5 ਸਾਲਾਂ ਵਿੱਚ ਆਪਣੀ ਪੈਨਸ਼ਨ ਲਗਾ ਰਿਹਾ, ਪੈਸੇ ਕਮਾ ਰਿਹਾ, ਚੰਗੇ ਪੈਸੇ ਛਾਪ ਰਿਹਾ ਜੀ। ਉਹ 5 ਕਰੋੜ ਰੁਪਇਆ ਵੀ ਖਾ ਗਿਆ, ਉਹ ਇੱਕ ਸਾਲ ਦਾ 5 ਕਰੋੜ ਮਿਲਦਾ, ਔਰ ਜੇ 5 ਸਾਲਾਂ ਦੀ ਗੱਲ 25 ਕਰੋੜ ਰੁਪਈਆ, ਉਹ ਵੀ ਹਿਸਾਬ ਕੋਈ ਨਹੀਂ ਉਹਦੇ ਕੋਲ। ਅਤੇ ਜੇ ਗੱਲ ਕਰੀਏ ਇੰਨੇ ਪੈਸੇ ਲੈਣ ਤੋਂ ਬਾਅਦ ਆਪਣੀ ਪੈਨਸ਼ਨ ਆ ਰਿਹਾ, ਸਰਕਾਰੀ ਬੰਦਾ ਜਿਹੜਾ ਪੁਰਾਣਾ ਵਿਚਾਰਾ 10-20 ਸਾਲ 30 ਸਾਲ ਕੰਮ ਕਰਦਾ, ਉਹਦੀ ਪੈਨਸ਼ਨ ਬੰਦ ਕਰਾਈ ਜਾਂਦੀ, ਕਿਉਂ ਕਰਾਈ ਜਾਂਦੀ ਹੈ? ਸਾਡੇ ਦੇਸ਼ ਦਾ ਨਾਰਾ ਝੰਡਾ ਜੈ ਜਵਾਨ ਜੈ ਕਿਸਾਨ ਹੈ। ਅਸੀਂ ਕਹਿੰਦੇ ਵੋਟਾਂ ਪਾਓ ਜਿਹੜਾ ਮਰਜ਼ੀ ਆਵੇ, ਫਿਰ ਹੁਣ ਸਾਡੇ ਗੱਲ ਸੰਵਿਧਾਨ ਦੀ ਆ ਜਾਂਦੀ ਆ, ਕਹਿੰਦੇ ਅਸੀਂ ਸੰਵਿਧਾਨ ਬਦਲਾਂ, ਕਿੱਦਾਂ ਬਦਲੋਗੇ ਸੰਵਿਧਾਨ? ਤੁਸੀਂ ਸੰਵਿਧਾਨ ਬਦਲ ਕੇ ਦੇਖੋ, ਇੱਕ ਦਿਨ ਦੇ ਵਿੱਚ ਤੁਹਾਨੂੰ ਨਾ ਅਸਤੀਫਾ ਦਵਾ ਤਾਂ ਸਾਰਿਆਂ ਨੂੰ ਬੇਦਖਲ ਕਰਿਓ, ਚਾਹੇ ਸਾਰੇ ਦੇਸ਼ ਨੂੰ ਇਕੱਠਾ ਕਰਨਾ ਪਵੇ, ਮੈਨੂੰ ਸਾਰੇ ਦੇਸ਼ ਨੂੰ ਇਕੱਠਾ ਕਰੂੰਗਾ। ਜਿਹੜਾ ਸਾਡਾ ਸੰਵਿਧਾਨ ਆ, ਸਾਡਾ ਸੰਵਿਧਾਨ ਸੰਵਿਧਾਨ ਰਹੇਗਾ, ਉਹਦੇ ਵੱਲ ਕੋਈ ਅੱਖ ਚੱਕ ਕੇ ਨਹੀਂ ਦੇਖ ਸਕਦਾ। ਔਰ ਡਾਕਟਰ ਭੀਮ ਰਾਓ ਬਾਬਾ ਸਾਹਿਬ ਨੇ ਸਾਨੂੰ ਕੁਰਬਾਨੀਆਂ ਦਿਵਾ ਕੇ, ਉਹਨਾਂ ਨੇ ਸਾਨੂੰ ਅਧਿਕਾਰ ਦਿਵਾਏ ਆ XC ਸਮਾਜ ਨੂੰ, ਵੀ ਅੱਗੇ ਆਵੇ ਕੋਈ ਵੀ ਸਮਾਜ, ਕੋਈ ਬੰਦਾ ਅੱਗੇ ਆਵੇ। ਇਹਨਾਂ ਦੇ ਬੰਦਿਆਂ ਨੂੰ ਸੀਟ ਮਿਲਦੀ ਹੈ ਜੀ, ਕਰੋੜਪਤੀ ਆ, ਅਰਬਪਤੀ ਆ, ਉਹ ਬੰਦਾ ਵਾ ਜਿਹੜਾ ਪਹਿਲਾਂ ਬਣਿਆ 10 ਸਾਲ, ਉਹੀ ਫਿਰ 15 ਸਾਲ ਬਣੇ, ਕਿਉਂ? ਇੱਦਾਂ ਦੇ ਬੰਦੇ ਨੂੰ ਟਿਕਟ ਦਿਓ, ਆਮ ਬੰਦੇ ਨੂੰ ਟਿਕਟ ਦਿਓ, ਜਿਹੜਾ ਕਿ ਬਿਲਕੁਲ ਦੇਖੋ ਲੋਕਾਂ ਦੇ ਵਿੱਚ ਆ, ਉਹਨੂੰ ਟਿਕਟ ਦਿਓ। ਇਹ ਕਿ ਇੱਥੇ ਵੱਡੇ ਵੱਡੇ ਜਿਹੜੇ ਕਰੋੜਪਤੀ ਅਰਬਪਤੀ ਬੰਦੇ ਤੁਸੀਂ ਲੈ ਖੜੇ ਕਰਾਤੇ, ਜਿਨ੍ਹਾਂ ਨੂੰ ਦੁਬਾਰਾ ਲੱਭਣਾ ਨਹੀਂ। 2.5 ਕਿਲੋ ਹੱਥ ਜਿਹਦਾ ਬੰਦੇ ਦਾ, ਉਹ ਗੁਰਦਾਸਪੁਰ 'ਚ ਉਹਨਾਂ ਇਸ਼ਤਿਹਾਰ ਵੀ ਲਾਤੇ ਵੀ ਇਹ ਬੰਦਾ ਗੁਆਚ ਗਿਆ ਵਾ, ਇਹਨੂੰ ਲੱਭ ਕੇ, ਜਿਹੜੇ ਲੱਭ ਕੇ ਲਿਆਊਗਾ ਉਹਨੂੰ 1 ਲੱਖ ਰੁਪਏ ਇਨਾਮ ਦਿੱਤਾ, ਹਜੇ ਤੱਕ ਉਹ ਬੰਦਾ ਨਹੀਂ ਲੱਭਿਆ ਗਿਆ। ਅਤੇ ਗੱਲ ਕਰੀਏ ਸੁਨੀਲ ਜਾਖੜ,
ਕਿਸ ਇਲਾਕੇ ਨਾਲ ਵੋਟ ਮੰਗਦਾ ਵਾ, ਕਿਸ ਏਰੀਏ ਨਾਲ ਵੋਟ ਮੰਗਦਾ ਵਾ। ਤੇਜਿੰਦਰ ਬਿੱਟੂ ਨੂੰ ਗੱਲ ਕਰੀਏ, ਉਹ ਕਾਂਗਰਸ ਛੱਡ ਕੇ ਉੱਧਰ ਆ ਗਿਆ, ਇੱਧਰ ਆ ਗਿਆ, ਉਹਨੂੰ ਵੋਟ ਦਊਂਗੇ। ਜਿਹੜਾ ਕੋਈ ਵੀ ਚਾਹੇ ਬੰਦਾ, ਚਾਹੇ ਮੈਂ ਹੀ ਹੋਵਾਂ, ਦਲ ਬਦਲੂ ਮੈਂ ਹੀ ਹੋਵਾਂ, ਮੈਂ ਪਾਰਟੀ ਦੂਜੀ ਪਾਰਟੀ ਛਾਲ ਮਾਰੀ ਹੈ ਅਤੇ ਮੈਂ ਦਲ ਬਦਲੂ ਹਾਂ, ਜਿਹੜੇ ਮੈਨੂੰ ਵੋਟਾਂ ਪਾਊਗੀ ਉਹ ਸਮਝੋ ਉਹ ਵੀ ਦਲ ਬਦਲੂ ਹੀ ਹੋਣਗੀਆਂ। ਅਤੇ ਇਸ ਕਰਕੇ ਦਲ ਬਦਲੂ ਤੋਂ ਬਚੋ, ਲੈ ਤੁਸੀਂ ਜਿੱਦਾਂ ਮਰਜ਼ੀ ਚੱਲੋ, ਅੰਦਰੋਂ ਚਲੋ, ਬਾਹਰੋਂ ਚਲੋ, ਕੋਈ ਚੱਕਰ ਨਹੀਂ, ਜਿਹੜੀ ਵੋਟ ਹੈ ਉਹ ਇੱਧਰ ਪਾਉਣੀ ਹੈ। ਤੁਹਾਨੂੰ ਸਮਝਦਾਰ ਇਸ਼ਾਰਾ ਕਰ ਦਿੱਤਾ ਮੈਂ, ਇੰਨਾ ਇਸ਼ਾਰਾ ਬਹੁਤ ਹੈ, ਕਿਉਂਕਿ ਵੱਧ ਇਸ਼ਾਰਾ ਕਰੂੰਗਾ ਇਹਨਾਂ ਨੇ ਕਹਿਣਾ ਲੈ ਵੋਟਾਂ ਸਾਰੀਆਂ ਤੂੰ ਪਾ ਗਿਆ, ਔਰ ਨੰਨਾ ਭਾਈ ਜਿੱਤੂਗਾ, ਸਾਡਾ ਵਿਸ਼ਵਾਸ ਕਹਿੰਦਾ ਵਾ, ਇਹ ਲੋਕਾਂ ਦਾ ਪਿਆਰ ਕਹਿੰਦਾ ਜੀ। ਜੀ ਤੁਸੀਂ ਗੱਲ ਕੀਤੀ ਹੈ ਕਿ ਜਦੋਂ ਇਲੈਕਸ਼ਨ ਹੁੰਦੇ ਨੇ, ਹੈ ਨਾ, ਇੱਕ ਵਾਰੀ ਕੁਰਸੀ 'ਤੇ ਜਿਹੜਾ ਬੰਦਾ ਬਹਿ ਜਾਂਦਾ, ਮੰਤਰੀ ਬਣ ਜਾਂਦਾ, ਉਸ ਤੋਂ ਬਾਅਦ ਉਹਨੂੰ ਦੁਬਾਰਾ ਮੌਕਾ ਨਾ ਦਿਓ, ਜੇਕਰ ਤੁਸੀਂ MP ਬਣ ਜਾਂਦੇ ਹੋ, ਉਸ ਤੋਂ ਬਾਅਦ ਕੀ ਤੁਹਾਡੇ 'ਚ ਲਾਲਚ ਨਹੀਂ ਆਏਗਾ ਕਿ ਮੈਂ ਦੂਜੀ ਵਾਰੀ MP? ਮੈਂ ਕਿਹਾ ਜੀ ਮਾਤਾ ਚਿੰਤਪੁਰਨੀ ਦੀ ਕਸਮ ਲੱਗੀ, ਆਪਾਂ ਲਾਲਚ ਲਿਆਵਾਂਗੇ ਨਹੀਂ, ਆਪਾਂ ਜੇ ਕਰੇ ਹਾਂ ਨਾ, ਉੱਠੇ ਹਾਂ ਲੋਕਾਂ ਵਾਸਤੇ ਉੱਠੇ ਹਾਂ, ਆਵਾਜ਼ ਖੁੱਲ੍ਹ ਕੇ ਕਹਿੰਦੇ ਆਪਾਂ, ਸਾਨੂੰ ਕੋਈ ਲੈਂਦੇ ਨਹੀਂ, ਸਾਡੀ ਭੈਣ ਆ ਖੜੀ ਹੈ, ਇਹਨੂੰ ਦਿੰਦੇ MP ਸੀਟ ਜੀ, ਇਹਨੂੰ ਦਿੰਦੇ ਜੀ, ਆਪਾਂ ਤਾਂ ਮੰਨਦੇ ਹਾਂ, ਵੱਡੀਆਂ ਪਾਰਟੀਆਂ ਮੈਂ ਤਾਂ ਮੰਨਦਾ, ਇੱਦਾਂ ਦੇ ਸਾਡੀਆਂ ਭੈਣਾਂ ਨੂੰ ਸੀਟ ਦੇ, ਇੱਕ ਆਮ ਇਨਸਾਨ ਨੂੰ ਦੇ ਯਾਰ, ਕਿ ਹਰ ਵਾਰੀ ਇੱਕ ਕਾਲਜ ਦੇ ਬੰਦਾ ਜਿਹੜੇ ਖੂਨਦਾਨ ਦੇ ਕੈਂਪ ਲਵਾਉਂਦੇ ਆ, ਮੁੰਡੇ ਕੁੜੀਆਂ ਵਿਚਾਰੇ ਖੂਨਦਾਨ ਕਰਦੇ, ਉਹਨਾਂ ਨੂੰ ਟਿਕਟ ਦਿਓ, ਕਿਉਂਕਿ ਜਿਹੜੇ ਲੋਕਾਂ ਦੇ ਵਾਸਤੇ ਲੜਦੇ ਆ ਔਰ ਲੋਕਾਂ ਵਾਸਤੇ ਲੜਦੇ ਆ। ਅੱਜ ਨੀਟੂ ਸ਼ਟਰਾ ਵਾਲੇ ਪਹੁੰਚੇ ਨੇ, ਤੁਸੀਂ ਕੀ ਕਹਿਣਾ ਚਾਹੋਗੇ ਨੰਨਾ ਜੀ ਤੁਹਾਡੇ ਇੱਥੋਂ ਉਮੀਦਵਾਰ ਨੇ? ਮੈਂ ਮੀਨਾ ਸ਼ਰਮਾ ਆਪਣੀ ਕਹਿੰਦੇ, ਪਿਛਲੀ ਵਾਰੀ ਜਿੱਤਣਾ ਬੁਰਾ ਹਾਲਤ ਨਾ ਸੜਕ, ਅਸੀਂ ਦੋਨਾਂ ਨੇ ਇਤਨੀ ਆਵਾਜ਼ ਉਠਾਈ ਸੀ ਨਾ, ਜਦੋਂ ਨੇ ਸਾਡੀ ਵੀਡੀਓ ਦੇਖੀ ਨਾ, ਪੰਜਾਬ ਬੰਦਾ ਸਾਡੀ ਗਲੀ 'ਚ ਆ ਕੇ ਪਤਾ ਕੀ ਕਹਿ ਰਿਹਾ ਸੀ, ਕਹਿੰਦਾ ਤੁਸੀਂ ਚੰਗਾ ਨਹੀਂ ਕੀਤਾ। ਮੈਂ ਕਿਹਾ ਚੰਗਾ ਕੀ ਗੱਲ, ਮੈਂ ਕਿਹਾ ਸਾਡੇ 25-30 ਸਾਲ ਹੋ ਗਏ ਅਸੀਂ ਇੱਥੇ ਰਹਿ ਰਹੇ ਹਾਂ, ਸਾਡੀ ਹਾਲਤ ਤੁਸੀਂ ਦੇਖ ਰਹੇ ਹੋ, ਇਹਨਾਂ ਦੀ ਮਿੰਨਤਾਂ ਕਰ ਰੱਖਿਆ ਸੀ, ਫਿਰ ਵੀ ਕਹਿ ਸੀ ਕਿ ਚਲੋ ਕੋਈ ਗੱਲ ਨਹੀਂ, ਜਿੱਥੇ ਪਰਮਾਤਮਾ ਰੱਖੇ। ਇੱਕ ਨਾ ਕਹਿੰਦੇ ਜਵਾਨ ਵੀ ਕੋਈ ਚੀਜ਼ ਹੁੰਦੀ ਹੈ, ਉੱਧਰੋਂ ਬੰਦਾ ਕਹਿੰਦਾ ਉਹਨੂੰ ਵੋਟ ਦੇਣੀ ਆ, ਹੁਣ ਆਪਾਂ ਕਹਿ ਰਹੇ ਇਹਨੂੰ ਅਸੀਂ ਦੇਣੀ ਆ ਵੋਟ, ਸਾਡਾ ਮੁੰਡਾ ਹੈਗਾ, ਠੀਕ ਹੈ, ਅੱਜ ਇਹ ਸਾਰੇ ਖੜੇ ਆ, ਅਗਰ ਆਪਾਂ ਨੂੰ ਵੋਟ ਦੇ ਰਹੇ ਇਹ ਤਾਂ ਇਹਨਾਂ ਦਾ ਜ਼ਮੀਰ ਜਾਣਦਾ, ਇਹ ਇਹਨਾਂ ਦਾ ਜਾਣਦਾ ਪਰਮਾਤਮਾ, ਠੀਕ ਹੈ, ਹੁਣ ਇੰਨਾ ਪੈਸਾ ਆਇਆ ਇੱਥੇ ਟਾਈਲਾਂ ਵਾਸਤੇ, ਠੀਕ ਹੈ, ਇਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਸੜਕ ਬਣਾ ਸੀ, ਕਿਹਾ ਮੇਨ ਸੜਕ ਤੁਸੀਂ ਪਹਿਲਾਂ ਬਣਵਾ ਦਿਓ, ਜਿਹੜੀ ਗੱਲ ਹੈਗੀ ਹੈ ਇਹਨਾਂ ਨੇ ਕੀ ਕੀਤਾ ਜੀ, ਪਹਿਲਾਂ ਬਣਵਾ ਲਈ ਇਹਨੇ 7 ਨੰਬਰ ਗਲੀ, ਜਿਹਦੇ ਕੋਈ ਵੋਟਾਂ ਨਹੀਂ ਸੀ ਇਹਨਾਂ ਦੀਆਂ, ਫਿਰ ਬਣਵਾਈ ਉਹਨਾਂ ਨੇ 1 ਨੰਬਰ ਗਲੀ, ਇੱਥੇ ਗਟਕਾ ਨਹੀਂ ਕੁਛ ਨਹੀਂ, ਕੀ ਗੱਲ, ਇੱਥੇ ਕੋਈ ਬੰਦੇ ਦੀ ਕੋਈ ਹੈ ਨਹੀਂ ਬਿਲਕੁਲ। ਮੈਂ ਤਾਂ ਸਾਫ਼ ਜਿਹੜੀ ਗੱਲ ਕਹਿੰਦੀ, ਇਹਦਾ ਮਤਲਬ ਚਮਚੇ ਨਾਲ ਖੜੇ ਨੇ, ਇੱਕ ਪਲੇਟ ਭਰੀ ਵੀ ਹੈ, ਪਲੇਟ ਖਾਲੀ ਹੋਣ ਜਾ ਰਹੀ, ਜਣਾ ਖਾਣਾ ਚਮਚਾ ਨਾ ਆਪਣੇ ਵਿੱਚ ਵਾੜਾਂ ਨੂੰ ਕਰਦਾ ਪਿਆ। ਇੱਕ ਵਾਰੀ ਸਾਡੇ ਮੁੰਡੇ ਨੂੰ ਇੱਕ ਵਾਰੀ ਵੋਟ ਪਾ ਕੇ ਦੇਖੋ, ਜਿਹਨੂੰ ਤਕਲੀਫ ਹੁੰਦੀ ਹੋ ਹੀ ਜਾਵੇ, ਜਿਹੜਾ ਮੂੰਹ 'ਤੇ ਗੱਲ ਕਰਨਾ ਸਾਡੇ ਮੂੰਹ 'ਤੇ ਆ ਕੇ ਗੱਲ ਕਰਨ। ਅੱਜ ਇਹ ਵੀਡੀਓ ਨਾ, ਜਿਵੇਂ ਜਿਵੇਂ ਉਹਨਾਂ ਕੋਲ ਵੀਡੀਓ ਜਾਏਗੀ ਨਾ, ਸ਼ਾਮ ਨੂੰ ਸਾਡੇ ਘਰ ਆ ਕੇ ਪੁੱਛਣਗੇ ਵੀ ਆਹ ਤੁਸੀਂ ਚੰਗਾ ਨਹੀਂ ਕੀਤਾ, ਅਸੀਂ ਮਾੜਾ ਵੀ ਕੀ ਕੀਤਾ ਹੈਗਾ, ਅੱਜ 2 ਮਹੀਨੇ ਦੀ ਰਾਤ ਹੋ ਗਈ ਸੜਕ ਬਣ ਰਹੀ, ਇੱਥੇ ਆ ਕੇ ਟਾਈਲਾਂ ਖਤਮ ਹੋ ਜਾਂਦੀਆਂ ਨੇ, ਕੀ ਗੱਲ ਕਿ ਇੱਥੇ ਬੰਦੇ ਦੀ ਕੋਈ ਉਹ ਨਹੀਂ ਹੈਗੀ, ਵੈਲਿਊ ਨਹੀਂ ਹੈਗੀ ਇੱਥੇ। ਕੌਣ ਧਮਕਾਉਂਦਾ ਤੁਹਾਨੂੰ, ਕੌਣ ਇਹੋ ਜਿਹੀ ਗੱਲਾਂ ਕਹਿੰਦਾ? ਕਈ ਸਾਰੇ ਜਿਹੜੇ ਉਹ ਕਹਿੰਦਾ ਮੇਰੀ ਜ਼ਿੰਮੇਵਾਰੀ, ਕਹਿੰਦਾ ਮੈਂ ਮਿੰਨਤਾਂ ਕਰਕੇ ਸੜਕਾਂ ਬਣਵਾ। ਸਾਬਕਾ ਵਿਧਾਇਕ ਤਾਂ ਨਹੀਂ ਕਹੂਗਾ ਨਾ, ਕਿਉਂਕਿ ਉਹਦਾ ਤਾਂ ਚੱਲੇਗਾ ਨਹੀਂ ਕੰਮ, ਆਮ ਆਦਮੀਆਂ ਵਾਲੇ ਕੰਮ ਹੈਗਾ ਜਿਹੜੇ ਆਮ ਆਦਮੀ ਨੇ, ਠੀਕ ਹੈ, ਉਹ ਕਹਿੰਦਾ ਮੈਂ ਪਤਾ ਨਹੀਂ ਬੜੀ ਮੁਸ਼ਕਿਲ ਨਾਲ ਸੜਕ ਬਣਵਾਉਂਦਾ ਪਿਆ, ਠੀਕ ਹੈ। ਦੂਜਿਆਂ ਨੂੰ ਪੁੱਛੋ, ਉਹ ਕਹਿੰਦਾ ਮੀਨਾ ਤੈਨੂੰ ਕੀ ਪਤਾ ਬੜੀ ਮੁਸ਼ਕਿਲ ਨਾਲ ਸੜਕ ਬਣ ਰਹੀ ਹੈ, ਹੁਣ ਕਈ ਕਹਿੰਦਾ ਹੁਣ ਇਹ ਖੜ ਗਿਆ ਮੁਸ਼ਕਿਲ ਹੈ ਤੁਸੀਂ ਸੜਕਾਂ ਬਣਨ ਦੀ, ਕਿਉਂ ਇਹਦੀ ਸੜਕਾਂ ਤੇ ਇਹਦੇ 'ਚ ਕੀ ਲਿੰਕ ਹੈਗਾ, ਕੀ ਗੱਲ, ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਹੀ। ਤੁਸੀਂ ਅਮੀਰ ਇਕਦਮ ਤੁਸੀਂ ਕਹਿ ਰਹੇ ਹੁਣੇ ਡੱਫ ਲਈਏ, ਅਰੇ ਤੁਸੀਂ ਕਿਸੇ ਗਰੀਬ ਬੰਦੇ ਦਾ ਸਾਥ ਨਹੀਂ ਦੇ ਸਕਦੇ, ਕੀ ਗੱਲ, ਅੱਜ ਅਸੀਂ ਇੰਨੇ ਮਾੜੇ ਹੋ ਗਿਆ ਜੀ, ਅਸੀਂ ਵੋਟ ਤਾਂ ਦੇਵਾਂਗੇ ਜਦੋਂ ਸਾਡਾ ਸਾਰਾ ਵਧੀਆ ਤਰੀਕੇ ਨਾਲ ਬਣ ਜੂਗਾ, ਸੜਕਾਂ ਸੁੜਕਾਂ ਬਣਨਗੀਆਂ, ਬਾਕੀ ਸਾਨੂੰ ਕਿਸੇ ਨਾਲ ਕੋਈ ਮਤਲਬ, ਸਾਡੇ ਗਲੀ 'ਤੇ ਸਾਡਾ ਮੁੰਡਾ ਖੜਾ, ਅਸੀਂ ਇਹਨੂੰ ਹੀ ਵੋਟ ਦੇਵਾਂਗੇ, ਅਸੀਂ ਸਾਰਿਆਂ ਨੂੰ ਗੱਜ ਵੱਜ ਕੇ ਕਹਿੰਦੇ, ਠੀਕ ਹੈ, ਬਾਕੀ ਇਹਨਾਂ ਦਾ ਜ਼ਮੀਰ ਜਾਣਦਾ, ਇੱਥੇ ਕੁਛ ਪਿੱਛੋਂ ਕੁਛ ਸਾਨੂੰ ਇਹੋ ਜਿਹੇ ਬੰਦੇ ਬਿਲਕੁਲ ਨਹੀਂ ਵਧੀਆ ਲੱਗਦੇ, ਜਿਹੜੀ ਗੱਲ ਹੈ ਸਾਡੇ ਮੂੰਹ 'ਤੇ ਕਹਿ ਜਾਣ, ਸਾਡੇ ਪਿੱਛੋਂ ਕੁਛ ਨਾ ਕਿਹਾ ਜੇ। ਹੁਣ ਕੋਈ ਵੀ ਵੀਡੀਓ ਦੇਖ ਰਿਹਾ ਨਾ, ਜਿਹਨਾਂ ਨੇ ਵੀਡੀਓ, ਇਹਨਾਂ ਦੀ ਵੀਡੀਓ ਕੀਤੀ ਆਈ, ਕਹਿੰਦੇ ਮੀਨਾ ਇੱਦਾਂ ਤਾਂ ਗੱਲ ਹੋ ਗਈ, ਤੁਸੀਂ ਮੈਂ ਉਹਨਾਂ ਦੇ ਘਰ ਕਿਉਂ ਜਾਵਾਂ, ਮੈਨੂੰ ਇਹਨਾਂ ਨਾਲ ਕੋਈ ਦੁਸ਼ਮਣੀ ਹੈਗੀ? ਤੁਸੀਂ ਤਾਂ ਉਹਨਾਂ ਤਲਵੇ ਚੜ੍ਹਦੇ ਪਏ MLA ਵਗੈਰਾ ਦੇ, MLA ਕਦੀ ਸਾਡੇ ਘਰ ਆ ਕੇ ਖੜੀ ਨਹੀਂ ਹੈਗੀ, ਕਦੀ ਘਨੌਰ ਵਾਲਾ ਸਾਡੇ ਘਰ ਭਾਈ ਸਾਹਿਬ ਆ ਕੇ ਨਹੀਂ ਖੜੇ ਅਜੇ, ਆਹ ਵੀ ਦੱਸੋ ਇੱਥੇ ਕੋਈ ਹੈ ਕਿ ਨਹੀਂ, ਕੀ ਗੱਲ, ਉੱਥੇ VIP ਬੰਦੇ ਨੇ ਕੀ?
ਤੁਸੀਂ ਵੀਡੀਓ ਵੇਖੀ ਸੀ ਨਾ ਪਹਿਲਾਂ, ਕਹਿੰਦਾ ਤੁਸੀਂ ਗੱਲ ਕਿਉਂ ਕੀਤੀ, ਜਿਹੜੀ ਗੱਲ ਕਹਿਣੀ ਹੈ ਤਾਂ ਮੂੰਹ 'ਤੇ ਕਰੋ, ਗੱਜ ਵੱਜ ਗਿਆ, ਆਪਾਂ ਨੂੰ ਕਿਸੇ ਦਾ ਡਰ ਨਹੀਂ ਹੈਗਾ। ਠੀਕ ਹੈ ਭਾਈ ਸਾਹਿਬ, ਸਾਡੇ ਘਰ ਕੋਈ ਰਾਸ਼ਨ ਨਹੀਂ ਪਾ ਰਿਹਾ, ਹਰ ਕੋਈ ਮਿਹਨਤ ਕਰਦਾ ਪਿਆ ਅਤੇ ਖਾ ਰਿਹਾ, ਬਾਕੀ ਹੁਣ ਸਾਡਾ ਆਤਮਾ ਐਵੇਂ ਕਹਿੰਦੀ ਮਨ ਇਸ ਨੂੰ ਹੁਣ ਜਿਤਾਓ ਅਤੇ ਸਾਨੂੰ ਵੀ ਥੋੜ੍ਹਾ ਜਿਹਾ ਹੋਵੇ ਵੀ ਸਾਡੇ ਗਲੀ ਦਾ ਮੁੰਡਾ, ਹੋਰ ਸਾਨੂੰ ਕਿਸੇ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ। ਸੜਕ ਬੰਦੀ ਬਣਾਉਣ ਨੇ ਜੀ ਸੱਦ ਕੇ, ਇੰਨੇ ਤਾਂ ਕੋਈ ਗੱਲ ਰੱਬ ਰਾਖਾ, ਇਹ ਮੁੰਡਾ ਸਾਡਾ ਖੜ੍ਹੇ ਅੱਜ ਨਹੀਂ ਤਾਂ ਕੱਲ੍ਹ ਬਣੇਗੀ, ਜਿੱਥੇ ਇੰਨੇ ਸਾਲ ਕੱਟੇ ਆ ਨਾ ਅਤੇ ਥੋੜ੍ਹੇ ਚਿਰ ਹੋਰ ਸਹੀ। ਓਕੇ ਬਸ, ਤਾਂ ਇਹਨਾਂ ਨੇ ਕਿਹਾ ਕਿ ਇਹਨਾਂ ਦੀ ਗਲੀ ਨਹੀਂ ਬਣੀ, ਸੜਕਾਂ ਨਹੀਂ ਬਣੀਆਂ, ਹੈ ਨਾ, ਕਾਫੀ ਕੁਝ ਇਲਜ਼ਾਮ ਲਗਾਉਂਦੇ ਹੋਏ ਨਜ਼ਰ ਆਏ ਨੇ, ਤੁਹਾਡੇ ਕੋਲ ਕੀ ਏਜੰਡਾ, ਤੁਸੀਂ MP ਦੀ ਸੀਟ 'ਤੇ ਖੜੇ ਹੋ? ਦੇਖੋ ਮੇਰਾ ਇੱਕੋ ਇੱਕ ਏਜੰਡਾ ਹੈ ਕਿ ਜੇ ਮੈਨੂੰ ਪਟਿਆਲਾ ਤੋਂ ਮੇਰੇ ਜਿਹੜੇ ਵੋਟਰ ਹੈ ਉਹ ਮੈਨੂੰ ਸਪੋਰਟ ਕਰਦੇ ਆ ਤਾਂ ਮੈਨੂੰ ਲੋਕ ਸਭਾ 'ਚ ਜਿਤਾ ਕੇ ਭੇਜਦੇ ਨੇ। ਤਾਂ ਮੇਰਾ ਸਭ ਤੋਂ ਵੱਡਾ ਜਿਹੜਾ ਮੁੱਦਾ ਹੈਗਾ ਜਿਹੜਾ ਮੈਂ ਪਕੜਿਆ ਹੋਇਆ ਕਿ ਮੈਂ ਸਿਰਫ ਗਰੀਬਾਂ ਦੀ ਪਹਿਲੇ ਉੱਥੇ ਮੁੱਦੇ ਚੱਕਣੇ ਨੇ। ਕੀ ਬਾਤ ਹੈ ਕਿ ਜਿਹੜੇ ਆਪਣੇ ਮੰਨ ਲਓ ਜਿਵੇਂ ਰੇਹੜੀ ਵੜੀ ਵਾਲੇ ਹੋ ਗਏ, ਕੋਈ ਮੋਚੀ ਹੋ ਗਏ, ਕੋਈ ਦਿਹਾੜੀਦਾਰ ਹੋ ਗਏ, ਜਾਂ ਆਪਣੇ ਨਲਗਾ ਵਾਲੇ ਹੋ ਗਏ, ਆਂਗਣਵਾੜੀ ਹੋ ਗਏ, ਆਪਣਾ ਮਿਡ ਡੇ ਮੀਲ ਵਰਕਰ ਹੋ ਗਏ, ਇਹਨਾਂ ਨੂੰ ਸਰਕਾਰ 3-3 ਹਜ਼ਾਰ ਰੁਪਇਆ ਤਨਖਾਹ ਦੇ ਕੇ ਅੱਗ ਦੇ ਨਾਲ ਇਹਨਾਂ ਦੀ ਜ਼ਿੰਦਗੀ ਨਾਲ ਖੇਡਦੀਆਂ ਨੇ। ਅਤੇ ਹੁਣ ਪਿੱਛੇ ਜੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਮਾਛੀਵਾੜੇ ਵਿੱਚ ਇੱਕ ਕਾਂਡ ਹੋਇਆ ਸੀਗਾ, ਇੱਕ ਮਿਡ ਡੇ ਮੀਲ ਵਰਕਰ 'ਤੇ ਅੱਗ ਦੀ ਚਪੇਟ ਵਿੱਚ ਆ ਗਈ ਸੀਗੀ, ਅਤੇ ਸਰਕਾਰਾਂ ਨੇ ਉਸ ਲੇਡੀਜ਼ ਦੀ ਸੁਣਨੀ ਤਾਂ ਕੀ ਸੀਗੀ, ਅਤੇ ਸਗੋਂ ਉਸ ਤੋਂ ਬਾਅਦ ਉਹਨਾਂ ਨੇ ਕਿਆ ਕੀਤਾ ਕਿ ਆਪਣੇ ਵਿਭਾਗ ਨੂੰ ਫਰਮਾਨ ਦੇਤਾ ਕਿ ਹੁਣ ਜਿਹੜੇ ਮਿਡ ਡੇ ਮੀਲ ਵਰਕਰ ਹੈ ਨਾ ਉਹਨਾਂ ਦਾ ਬੀਮਾ ਕਰ ਦਿਓ। ਮੈਂ ਇਹਨਾਂ ਸਰਕਾਰਾਂ ਤੋਂ ਇਹ ਪੁੱਛਣਾ ਚਾਹੂੰਗਾ ਕਿ ਜਿਹੜੇ ਤੁਸੀਂ ਛੋਟੇ ਵਰਕਰ ਰੱਖੇ ਹੋਏ ਨੇ ਮਿਡ ਡੇ ਮੀਲ ਜਾਂ ਦਿਹਾੜੀਦਾਰ, ਵੀ ਇਹਨਾਂ ਨੂੰ ਸਿਰਫ ਇੱਕ ਬੀਮੇ ਤੱਕ ਸਹਿਮਤ ਰੱਖਦਾ ਕਿ ਇਹਨਾਂ ਨੂੰ ਕੁਝ ਹੋਏਗਾ ਤਾਂ ਇਹਨਾਂ ਨੂੰ ਬੀਮਾ ਦੇ ਦੇਗਾ, ਉਹਨਾਂ ਨੂੰ ਕੋਈ ਹੋਰ ਸਹੂਲਤਾਂ ਸਰਕਾਰ ਨਹੀਂ ਦੇ ਸਕਦੀ ਹੈ। ਦੂਜਾ ਮੇਰਾ ਮੁੱਦਾ ਇਹ ਹੋਏਗਾ ਕਿ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ 'ਚ ਕੋਈ ਇਹੋ ਜਿਹਾ ਘਰ ਨਹੀਂ ਰਹਿਣ ਦਾਂਗੇ ਜਿਹੜਾ ਰੁਜ਼ਗਾਰ ਨਾ ਹੋਵੇ ਜਿਹਦੇ ਕੋਲ, ਅਸੀਂ ਸਰਕਾਰੀ ਨੌਕਰੀਆਂ ਦਾਂਗੇ। ਚੰਗੀ ਗੱਲ ਹੈ ਦਊਂਗੇ, ਚਲੋ ਮੈਂ ਦੇਖਿਆ ਦੇ ਵੀ ਰਹੇ ਨੇ, ਇਹ ਉਹਨਾਂ ਲੋਕਾਂ ਨੂੰ ਨੌਕਰੀਆਂ ਦੇ ਰਹੇ ਨੇ ਕਹਿੰਦੇ ਕਿ ਅਸੀਂ ਬਿਨਾਂ ਪੱਖਪਾਤ ਦੇ, ਬਿਨਾਂ ਰਿਸ਼ਵਤ ਦੇ, ਮੈਰਿਟ ਦੇ ਆਧਾਰ 'ਤੇ ਨੌਕਰੀਆਂ ਦਾਂਗੇ। ਠੀਕ ਹੈ ਦੇ ਰਹੇ ਨੇ, ਪਰ ਇੱਕ ਇਹੋ ਜਿਹਾ ਤਬਕਾ ਵੀ ਹੈਗਾ ਕਿ ਜਿਹੜੇ ਆਪਣੇ ਘਰੇਲੂ ਮਜਬੂਰੀਆਂ ਕਰਕੇ ਜਾਂ ਆਪਣੇ ਘਰ ਦੀਆਂ ਮਜਬੂਰੀਆਂ ਕਰਕੇ ਉਹਨਾਂ ਦੇ ਘਰ ਦੇ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਗੇ, ਅਤੇ ਉਹਨਾਂ ਨੂੰ ਸ਼ੁਰੂ ਤੋਂ ਕੰਮ 'ਚ ਪਾ ਦਿੰਦੇ ਨੇ, ਅਤੇ ਉਹ ਸਾਰੀ ਉਮਰ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਲੇਬਰਾਂ ਤੱਕ ਰਹਿ ਜਾਂਦੇ ਨੇ। ਤਾਂ ਮੇਰਾ ਇਹ ਮੁੱਦਾ ਰਹੂਗਾ ਕਿ ਜੇ ਮੈਂ ਇੱਥੋਂ ਜਿੱਤ ਕੇ ਗਿਆ ਲੋਕ ਸਭਾ ਦੇ ਵਿੱਚੋਂ, ਕੇਂਦਰ ਸਰਕਾਰ ਨਾਲ ਡੱਟ ਕੇ ਲੜਾਂਗਾ, ਅਤੇ ਉਹਨਾਂ ਆਪਣੇ ਭੈਣਾਂ ਅਤੇ ਭਰਾਵਾਂ ਲਈ ਜਿਹੜੇ ਪੜ੍ਹੇ ਲਿਖੇ ਨਹੀਂ ਆ ਉਹਨਾਂ ਵਾਸਤੇ ਵੀ ਸਰਕਾਰੀ ਨੌਕਰੀਆਂ ਲੈ ਕੇ ਆਵਾਂਗਾ, ਚਾਹੇ ਉਹ ਚੌਥੇ ਦਰਜੇ ਦੀਆਂ ਨੌਕਰੀਆਂ ਲੈ ਕੇ ਆਵਾਂ। ਇਹ ਸਾਡੇ ਮੁੱਦੇ ਨੇ, ਅਤੇ ਮੈਂ ਜਨਤਾ ਨੂੰ ਇਹੀ ਸਪੋਰਟ ਕਰੂੰਗਾ ਕਿ ਇਸ ਵਾਰੀ ਸਾਰੀਆਂ ਪਾਰਟੀਆਂ ਤੋਂ ਹੱਟ ਕੇ, ਇਹ ਸਾਰੀਆਂ ਪਾਰਟੀਆਂ ਤੁਸੀਂ ਹੁਣ ਲਾ ਲਓ, ਮਹਾਰਾਣੀ ਪਰਨੀਤ ਕੌਰ ਲਾ ਲਓ, 4 ਵਾਰ MP ਰਹਿ ਚੁੱਕੇ ਨੇ ਪਟਿਆਲੇ ਤੋਂ, ਉਹਨਾਂ ਨੇ ਕੀ ਕੀਤਾ? ਜੇ ਉਹਨਾਂ ਨੇ ਕੁਝ ਕੀਤਾ ਹੁੰਦਾ ਤਾਂ ਅੱਜ ਇਹ ਕਲੋਨੀਆਂ ਦਾ ਹਾਲ ਨਾ ਹੁੰਦਾ, ਇੰਨਾ ਮਾੜਾ ਹਾਲ ਨਾ ਹੁੰਦਾ। ਹੁਣ ਉਹਨਾਂ ਨੇ ਦੇਖਿਆ ਕਿ ਸਾਡੀ ਸਰਕਾਰ ਦੀ ਕਾਂਗਰਸ ਦੀ ਕੰਡੀਸ਼ਨ ਥੋੜ੍ਹੀ ਖਰਾਬ ਹੈ, ਹੁਣ ਉਹਨਾਂ ਨੇ BJP 'ਚ ਛਾਲ ਮਾਰ ਲਈ। ਜੇ ਉਹਨਾਂ ਨੇ ਚਾਰ ਵਾਰੀ ਜਿੱਤ ਕੇ 20 ਸਾਲਾਂ 'ਚ ਕੁਛ ਨਹੀਂ ਕੀਤਾ ਪਟਿਆਲੇ ਹਲਕੇ ਦਾ, ਤਾਂ ਅੱਗੇ ਉਹਨਾਂ ਤੋਂ ਕੀ ਉਮੀਦ ਹੈ? ਮੈਂ ਜਨਤਾ ਨੂੰ ਅਪੀਲ ਕਰਾਂਗਾ ਕਿ ਇਹੋ ਜਿਹੇ ਝੂਠੇ ਲਾਰਿਆਂ ਦੇ ਵਿੱਚ ਨਾ ਫਸਣ। ਹੁਣ ਤੁਸੀਂ ਗਾਂਧੀ ਜੀ ਲਾ ਲਓ, ਪਹਿਲਾਂ ਆਮ ਆਦਮੀ ਪਾਰਟੀ ਤੋਂ ਚੁਣਾਵ ਲੜ ਲਿਆ, ਉਹਨਾਂ ਨੇ ਤਾਂ ਨਹੀਂ ਕੁਛ ਕੀਤਾ, ਫਿਰ ਆਜ਼ਾਦ ਲੜ ਲਿਆ, ਫਿਰ ਹਾਰ ਕੇ ਲੋਕਾਂ ਨੇ ਨਕਾਰ ਦਿੱਤਾ ਉਹਨਾਂ ਨੂੰ, ਜਦ ਉਹਨਾਂ ਨੇ ਕੁਛ ਕੀਤਾ ਨਹੀਂ। ਹੁਣ ਉਹਨਾਂ ਨੇ ਦੇਖਿਆ ਕਾਂਗਰਸ, ਹੁਣ ਕਾਂਗਰਸ ਬਈ ਕਾਂਗਰਸ ਤਾਂ ਕਾਂਗਰਸ ਨੂੰ ਹੀ ਹੈਰਾਨ 'ਤੇ ਤੁਲੀ, ਇਹਨਾਂ ਦਾ ਆਪਸ 'ਚ ਹੀ ਨਹੀਂ ਹੈਗਾ ਗਾ ਸਮਝੌਤਾ, ਇਹ ਆਪਸ 'ਚ ਇੱਕ ਦੂਜੇ ਦਾ ਵਿਰੋਧ ਕਰ ਰਹੇ ਹਾਂ, ਤਾਂ ਕਾਂਗਰਸ ਤਾਂ ਬਿਲਕੁਲ ਫੇਲ ਹੈ, ਅਕਾਲੀਆਂ ਨੂੰ ਕੋਈ ਪੁੱਛਦਾ ਨਹੀਂ। ਤੁਸੀਂ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਹੈ ਕਿ ਇਹਨਾਂ ਦਾ ਆਪਸ 'ਚ ਕਲੇਸ਼ ਚੱਲਦਾ, ਕਿ ਇਸ ਗੱਲ ਦਾ ਤੁਹਾਡੀ ਪਾਰਟੀ ਨੂੰ ਫਾਇਦਾ ਹੋਜੂਗਾ, ਤੁਸੀਂ ਆਜ਼ਾਦ ਖੜੇ ਹੋ? ਸਾਡੀ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਹੋਣ ਜਾ ਰਿਹਾ ਹੈ। ਬੇਗਮਪੁਰਾ ਫਰੰਟ ਪਾਰਟੀ ਐਤਕੀ 13 ਵਿੱਚੋਂ
ਚੰਗੀਆਂ ਸੀਟਾਂ ਲੈ ਕੇ ਜਾਊਗੀ ਪੰਜਾਬ ਦੇ ਵਿੱਚ। ਹੋਰ ਅਸੀਂ ਇੱਥੋਂ ਇਕੱਠੇ ਹੋ ਕੇ ਆਪਣਾ ਬਹੁਮਤ ਲੈ ਕੇ ਲੋਕ ਸਭਾ ਦੇ ਵਿੱਚ ਜਾਵਾਂਗੇ ਅਤੇ ਆਪਣੀ ਆਵਾਜ਼ ਬੁਲੰਦੀਆਂ ਨਾਲ ਚੱਕਾਂਗੇ ਅਤੇ ਪੰਜਾਬ ਦੇ ਸਾਰੇ ਮਸਲੇ ਹੱਲ ਕਰਾਵਾਂਗੇ। ਕਈ ਵਾਰੀ ਇੱਦਾਂ ਵੀ ਹੁੰਦਾ ਕਿ ਜਦੋਂ ਕੋਈ ਆਜ਼ਾਦ ਉਮੀਦਵਾਰ ਖੜ੍ਹਾ ਹੁੰਦਾ ਨਾ ਤਾਂ ਉਸਨੂੰ ਲਾਲਚ ਦੇ ਕੇ ਬਿਠਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜੇ ਤੁਹਾਡੇ ਨਾਲ ਇਹੋ ਜਿਹਾ ਕੁਛ ਹੋਊਗਾ ਤਾਂ ਤੁਹਾਡਾ ਕੀ ਫੈਸਲਾ ਹੋਊਗਾ? ਸਾਡਾ ਬੇਗਮਪੁਰਾ ਫਰੰਟ ਪਾਰਟੀ ਦਾ ਇੱਕੋ ਇੱਕ ਮੁੱਦਾ ਹੈ ਕਿ ਅਸੀਂ ਨਾ ਕਿਸੇ ਲਾਲਚ ਵਿੱਚ ਆਉਣਾ, ਅਸੀਂ ਆਪਣੀ ਜਾਨ ਦੇ ਦਾਂਗੇ ਪਰ ਅਸੀਂ ਨਾ ਕਿਸੇ ਦੇ ਲਾਲਚ ਆਵਾਂਗੇ, ਨਾ ਅਸੀਂ ਕਿਸੇ ਦੇ ਦਬਾਅ ਹੇਠ ਬੈਠਾਂਗੇ, ਲੜਾਂਗੇ, ਡੱਟ ਕੇ ਲੜਾਂਗੇ, ਆਖਰੀ ਦਮ ਤੱਕ ਲੜਾਂਗੇ। ਤਾਂ ਤੁਸੀਂ ਕੁਛ ਕਹਿਣਾ ਚਾਹੁੰਦੇ? ਦੇਖੋ ਜੀ, ਇਹ ਇੱਥੇ ਵਿੱਚ ਬਹੁਤ ਵੱਡਾ ਇੱਕ ਔਫਰ ਹੈ, ਇਹ ਰਾਜਪੁਰੇ ਦੇ ਵਿੱਚ ਬਹੁਤ ਵੱਡਾ ਇੱਕ ਬੰਪਰ ਹੈ ਜੋ ਨਰੇਸ਼ ਕੁਮਾਰ ਲੱਲਾ ਜੀ ਦੀ ਕਿਆ ਅਗਵਾਈ ਦੇ ਵਿੱਚ, ਨੀਰਜ ਲੱਲਾ ਜੀ ਜਿਹੜੇ ਕਿ ਨੀਰਜ ਨੰਨਾ ਜੀ ਨੇ ਅੱਜ ਐਲਾਨ ਕੀਤਾ ਮੈਂ ਬੇਗਮਪੁਰਾ ਪਾਰਟੀ ਵੱਲੋਂ ਖੜ੍ਹੇ ਹੋ ਰਹੇ ਹਾਂ, ਔਰ ਨੀਰਜ ਲੱਲਾ ਜੀ ਇੱਕਦਮ ਵਧੀਆ ਕੰਮ ਕਰਕੇ ਦਿਖਾਉਣਗੇ। ਮੈਂ ਤੁਹਾਡੇ ਨਾਲ ਵਿਸ਼ਵਾਸ ਕਰਦਾ, ਜਿਵੇਂ ਕਿ ਸਾਡੇ ਰਮੇਸ਼ ਲਾਲ ਜੀ ਗੁਰਦਾਸਪੁਰ ਤੋਂ ਖੜ੍ਹੇ ਆ, ਇਹਨਾਂ ਨੇ ਗੁਰਦਾਸਪੁਰ ਖੜ੍ਹੇ ਬਾਅਦ 'ਚੋਂ ਆ, ਇਹਨਾਂ ਨੂੰ ਔਫਰਾਂ ਵੇਖੋ ਕਿੰਨੀਆਂ ਆ ਰਹੀਆਂ, ਇਹਨਾਂ ਨੂੰ ਔਫਰਾਂ ਦੇਖੋ। ਉਹ ਜਿਹੜੇ ਵੱਡੇ ਵੱਡੇ ਸੁਨੀਲ ਜਾਖੜ ਵਰਗੇ ਉਹ ਇਹਨਾਂ ਦੇ ਘਰ ਆਂਡੇ ਆ ਵੀ ਯਾਰ ਤੂੰ ਬਹਿ ਕੇ ਫੈਸਲਾ ਕਰ ਲੈ, ਸਰ ਵੀ ਇਹਨੇ ਕਿਹੜਾ ਲੜਾਈ ਕੀਤੀ, ਕੋਈ ਲੜਾਈ ਥੋੜ੍ਹੀ ਕੀਤੀ ਆ, ਇਹ ਇਲੈਕਸ਼ਨ 'ਚ ਲੜਦਾ ਪਿਆ, ਇਲੈਕਸ਼ਨ 'ਚ ਗੱਲ ਕਰੋ ਆ ਕੇ। ਉਹ ਯਾਰ ਤੂੰ ਸਾਡਾ ਘਰ ਦਾ ਬੰਦਾ, ਤੂੰ ਸਾਡੇ ਚਾਚੇ ਦਾ ਮੁੰਡਾ, ਕਹਿੰਦਾ ਉਹ ਕਿੱਦਾਂ ਚਾਚੇ ਦਾ ਮੁੰਡਾ, ਅੱਜ ਤੈਨੂੰ ਚਾਚੇ ਦੇ ਮੁੰਡੇ ਯਾਦ ਆਉਣ ਲੱਗ ਪਏ। ਉਹ ਜਦੋਂ ਦਿਹਾੜੀਆਂ ਲਾਉਂਦਾ ਸੀ, ਮਜ਼ਦੂਰੀ ਕਰਦਾ ਸੀਗਾ, ਉਦੋਂ ਮਾਮੇ ਦਾ ਮੁੰਡਾ ਸੀਗਾ ਵੀ। ਮੈਂ ਗੱਲ ਕਰ ਵੀ ਵੱਡੀਆਂ ਵੱਡੀਆਂ ਗੱਲਾਂ ਦੱਸੋ ਰਮੇਸ਼ ਜੀ ਲਾਲ ਜੀ ਦਾ, ਤੁਸੀਂ ਵੀ ਕਿਹੋ ਜਿਹੇ ਔਫਰ ਆ ਰਹੇ ਨੇ, ਉਹਨਾਂ ਨੇ ਦੱਸਿਆ ਕਿ ਤੁਹਾਨੂੰ ਔਫਰ ਆ ਰਹੇ ਨੇ, ਤੁਸੀਂ ਆਜ਼ਾਦ ਖੜ੍ਹੇ? ਸਾਨੂੰ ਔਫਰ ਆ ਰਹੇ ਆ, ਮੈਂ ਬੀਜੇਪੀ ਦੇ ਵਿੱਚ ਆਪਣੇ ਜ਼ਿਲ੍ਹਾ ਪ੍ਰਧਾਨ ਰਿਹਾ ਕਾਫੀ 5-7 ਸਾਲ ਤੋਂ, ਅਤੇ ਸਾਨੂੰ ਇਹਨਾਂ ਪਾਰਟੀਆਂ ਨੇ ਕੁਛ ਵੀ ਨਹੀਂ ਦਿੱਤਾ। ਆਈਂ ਕਿ ਮੈਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਹਾਂ, ਕਿਉਂਕਿ ਦੇਖੋ ਆਪਾਂ ਤਾਂ ਜਨਤਾ ਦਾ ਤਾਂ ਹੀ ਸੋਚਾਂਗੇ ਜੇ ਸਾਡਾ ਕੋਈ ਸੋਚੇਗਾ। ਤਾਂ ਜਿੱਦਾਂ ਮੈਂ ਬੀਜੇਪੀ ਪਾਰਟੀ 'ਚ ਸੀਗਾ ਅਤੇ ਮੇਰਾ ਇੱਕ ਮੁੱਦਾ ਆ ਗਿਆ, ਮੇਰਾ ਹੀ ਆਪਣਾ ਹੀ ਮੁੱਦਾ। ਦੇਖੋ ਇੱਕ ਮੈਂ ਪਾਰਟੀ ਦੇ ਵਿੱਚ ਹਾਂ, ਬੀਜੇਪੀ ਪਾਰਟੀ ਦੇ ਵਿੱਚ ਹਾਂ, ਜੇ ਮੇਰਾ ਮੁੱਦਾ ਨਹੀਂ ਸੋਲ ਹੋਇਆ ਤਾਂ ਮੇਰੀ ਗਰੀਬ ਜਨਤਾ ਦਾ ਮੁੱਦਾ ਕਿੱਦਾਂ ਸੋਲ ਹੋਊਗਾ? ਇੱਕ ਮਾਮੂਲੀ ਜਿਹੀ ਇੱਕ ਪੈਲਸ਼ਨ ਦੀ ਗੱਲ ਸੀਗੀ, ਉਹ ਮੈਂ ਪੈਲਸ਼ਨ ਦੇ ਕਾਗਜ਼ ਕਦੀ MLA ਕੋਲ ਜਾਵਾਂ, ਕਦੀ ਪ੍ਰਧਾਨ ਕੋਲ ਜਾਵਾਂ, ਕਦੀ ਕਿਤੇ ਕੋਲ ਜਾਵਾਂ, ਮੇਰਾ ਕਿਸੇ ਨੇ ਵੀ ਉਹ ਮੁੱਦਾ ਮੇਰਾ ਹੱਲ ਨਹੀਂ ਕੀਤਾ। ਕਿਉਂਕਿ ਜੇ ਮੇਰਾ ਮੁੱਦਾ ਨਹੀਂ ਹੱਲ ਹੋਇਆ ਤਾਂ ਮੇਰੀ ਪਬਲਿਕ ਦਾ ਮੁੱਦਾ ਕਿੱਦਾਂ ਹੱਲ ਹੋਊਗਾ? ਇਸ ਕਾਰਨ ਅਸੀਂ ਬੇਗਮਪੁਰਾ ਆਪਣੇ ਬੈਕ ਫਰੈਂਡ ਆਪਾਂ ਪਾਰਟੀ ਜੁਆਇਨ ਕੀਤੀ ਹੈ, ਇਹਦੇ ਵਿੱਚ ਸਾਨੂੰ ਬਹੁਤ ਕੁਛ ਮਿਲਿਆ। ਅਤੇ ਮੈਂ ਕਹਿੰਦਾ ਇਹੋ ਹੀ ਕਹਿੰਦਾ ਕਿ ਸਾਡਾ ਵੀਰ ਖੜ੍ਹਾ ਹੋਇਆ ਜੇ ਖੜ੍ਹਾ ਹੋਇਆ ਨਾ ਤਾਂ ਆਪਾਂ ਗਰੀਬਾਂ ਦੇ ਪੱਖ ਦੇ ਵਿੱਚ ਹੀ ਕਰਨਾ ਹੈ ਕੰਮ। ਜੇ ਸਾਨੂੰ 5 ਕਰੋੜ ਦੇਊਗੀ ਨਾ ਤਾਂ ਅਸੀਂ 5 ਤੇ 5 ਕਰੋੜ ਹੀ ਲਾਵਾਂਗੇ, ਉਹ ਅਸੀਂ ਲਿਖਤੀ ਤੌਰ 'ਤੇ ਦੇਵਾਂਗੇ। ਕਿਉਂਕਿ ਹਜੇ ਤੱਕ ਕੋਈ ਵੀ ਸਰਕਾਰਾਂ ਨੇ ਲਿਖਤੀ ਤੌਰ 'ਤੇ ਕਦੀ ਵੀ ਕੋਈ ਪ੍ਰਵਾਨ ਨਹੀਂ ਦਿੱਤਾ, ਤਾਂ ਕਿ ਸਾਡੀ ਜਿਹੜੀ ਪਾਰਟੀ ਆ ਉਹ ਇਹ ਕਹਿ ਰਹੀ ਕਿ ਆਪਾਂ ਤੁਹਾਨੂੰ ਲਿਖਤੀ ਤੌਰ 'ਤੇ ਦੇ ਰਹੇ ਹਾਂ ਅਤੇ 5 ਕਰੋੜ ਆਊਗਾ ਤਾਂ ਅਸੀਂ 5 ਤੇ 5 ਕਰੋੜ ਆਪਣੀ ਗਰੀਬ ਜਨਤਾ ਨੂੰ ਹੀ ਦੇਵਾਂਗੇ। ਕਿਉਂਕਿ ਆਪਾਂ ਗਰੀਬ ਜਨਤਾ ਨੂੰ ਦੇਵਾਂਗੇ ਤਾਂ ਕਿ ਸਾਡਾ ਗਰੀਬ ਬੰਦਾ ਜਿਹੜਾ ਉੱਚੇ ਖੜ੍ਹਾ ਹੋ ਸਕੇ, ਆਪਣੇ ਪੈਰਾਂ 'ਤੇ ਹੋ ਸਕੇ। ਅੱਜ ਵੀ ਸਾਡੇ ਇੰਨੇ ਕੁ ਗਰੀਬ ਆ ਜਿਹੜੇ ਹਜੇ ਵੀ ਫੁੱਟਬਾਲਾਂ 'ਤੇ ਸੌਂਦੇ ਆ, ਉਹਨਾਂ ਨੂੰ ਹਜੇ ਵੀ ਰੋਟੀ ਰਿਸੀਵ ਨਹੀਂ ਹੁੰਦੀ, ਅਤੇ ਐਡੀ ਵੱਡੀਆਂ ਸਰਕਾਰਾਂ ਇੱਕ ਵਾਰੀ ਬਣਾ ਦਿੰਦੀਆਂ, 5 ਵਾਰੀ ਬਣਾਉਂਦੇ, 10-10 ਵਾਰੀ ਬਣੀ ਜਾਂਦੇ ਨੇ, ਉਹ ਕਾਹਦੇ ਲਈ ਬਣੀ? ਉਹ ਗਰੀਬ ਬੰਦੇ ਨੂੰ ਤਾਂ ਕੋਈ ਦੇਖ ਨਹੀਂ ਰਿਹਾ। ਅਸੀਂ ਕਹਿੰਦੇ ਹਾਂ ਸਾਡਾ ਕੋਈ ਗਰੀਬ ਬੰਦੇ ਨੇ, ਇਹ ਵੀ ਸਰਕਾਰਾਂ ਇੱਦਾਂ ਕਰਨ, ਕੋਈ ਗਰੀਬ ਬੰਦੇ ਨੂੰ ਚੱਕ ਕੇ ਦੇਖਣ, ਕੋਈ ਚਾਹ ਵਾਲੇ ਨੂੰ ਚੱਕਣ, ਕੋਈ ਸਾਈਕਲ ਵਾਲੇ ਨੂੰ ਚੱਕਣ, ਨਾ ਨਾ, ਇਹਨਾਂ ਨੂੰ ਉਹਨੂੰ ਚੱਕਣਾ ਜਿਹੜਾ 2 ਕਰੋੜਪਤੀ ਹੈ। ਜਿਹੜੇ 2 ਕਰੋੜਪਤੀਆਂ ਮਾਰਨ ਅਤੇ ਉਹ 2 ਕਰੋੜ ਅਤੇ 5 ਕਰੋੜ ਅਤੇ ਉਹਨੇ ਆਪਣੇ ਆਪ ਬਣਨਾ, ਗਰੀਬ ਨੇ ਥੋੜ੍ਹੀ ਬਣਨਾ। ਅਸੀਂ ਕਹਿੰਦੇ ਸਾਡਾ ਮੁੱਦਾ ਇਹ ਹੈ ਕਿ ਗਰੀਬ ਨੂੰ ਚੱਕੋ, ਗਰੀਬ ਨੂੰ ਅੱਗੇ ਲੈ ਕੇ ਆਓ, ਅਤੇ ਗਰੀਬਾਂ ਦਾ ਮੁੱਦਾ ਜਿਹੜਾ ਉਹ ਗਰੀਬ ਹੀ ਹੱਲ ਕਰ ਸਕਦਾ, ਅਤੇ ਗਰੀਬ ਅਮੀਰਾਂ ਦਾ ਮੁੱਦਾ ਅਮੀਰਾਂ ਨੇ ਹੱਲ ਕਰਨਾ, ਸਾਡਾ ਕਿਸੇ ਨੇ ਸੋਚਣਾ, ਸਾਡਾ ਕਿਸੇ ਪਾਰਟੀ ਨੇ ਨਹੀਂ ਸੋਚਣਾ। ਇਸ ਵਾਰ ਸਾਨੂੰ ਦੇਸ਼ ਮੌਕਾ ਮਿਲਿਆ ਹੈ ਅਤੇ ਸਾਰੇ ਹੀ ਨਗਰ ਨਿਵਾਸੀਆਂ ਨੂੰ ਇਹੀ ਬੇਨਤੀ ਹੈ ਹਰ ਜ਼ਿਲ੍ਹਿਆਂ ਨੂੰ ਕਿ ਗਰੀਬ ਪਾਰਟੀ ਨੂੰ ਵੋਟ ਪਾ ਕੇ, ਅਤੇ ਤੁਹਾਡੇ ਜਿਹੜੇ ਹੱਕ ਹੈ, ਕਿਸਾਨਾਂ ਦੇ ਹੱਕ ਹੈ, ਨੌਕਰੀਆਂ ਆ, ਪੈਨਸ਼ਨਾਂ ਖਤਮ ਕਰ ਦਿੱਤੀਆਂ, ਆਪਾਂ ਪੈਨਸ਼ਨਾਂ ਵੀ ਲਵਾਵਾਂਗੇ, ਹੋਰ
ਜਿਹੜੇ ਕਿਸਾਨਾਂ ਦੇ ਹੱਕ ਆ ਉਹ ਵੀ ਦਵਾਵਾਂਗੇ, ਗਰੀਬਾਂ ਦਾ ਜੋ ਵੀ ਮੁੱਦਾ ਉਹ ਅਸੀਂ ਸੁਣਾਂਗੇ ਔਰ ਉਹ ਆਪਾਂ ਲਿਖਤੀ ਤੌਰ 'ਤੇ ਦੇਵਾਂਗੇ। ਅਗਰ ਅਸੀਂ ਨਹੀਂ ਕਰਾਂਗੇ ਤਾਂ ਸਾਨੂੰ ਉਹ ਤੋਂ ਅਸਤੀਫਾ ਦੇ ਨਹੀਂ ਕਰਾਂਗੇ, ਕੰਮ ਆਪਾਂ ਅਸਤੀਫਾ ਦੇ ਦੇਵਾਂਗੇ। ਤੁਸੀਂ ਗੱਲਾਂ ਵੱਡੀਆਂ ਵੱਡੀਆਂ ਕਰ ਰਹੇ ਹੋ ਕਿ ਅਸੀਂ ਇਹ ਕਰਾਂਗੇ ਉਹ ਕਰਾਂਗੇ ਅਤੇ ਪਾਰਟੀ ਦਾ ਨਾਮ ਗਰੀਬ ਦੱਸੀ ਜਾ ਰਹੇ ਹੋ, ਤਾਂ ਤੁਹਾਨੂੰ ਲੱਗਦਾ ਕਿ ਜਿਹੜੇ ਬੰਦੇ ਕੋਲ ਪੈਸੇ ਨੇ ਫਿਰ ਉਹੀ ਬੰਦਾ ਅਮੀਰ ਆ? ਬਿਲਕੁਲ ਜੀ, ਸੋਚ ਨਾਲ ਕੋਈ ਫਰਕ ਨਹੀਂ ਪੈਂਦਾ। ਨਹੀਂ ਨਹੀਂ, ਜਿਹਦੇ ਕੋਲ ਪੈਸੇ ਹੈ ਉਹ ਹੀ ਅਮੀਰ ਹੈ, ਜਿਹਦੇ ਕੋਲ ਪੈਸੇ ਨਹੀਂ ਉਹ ਕਾਹਦਾ ਅਮੀਰ ਹੈ? ਅਸੀਂ ਹੁਣ ਖੜੇ ਹਾਂ, ਅਸੀਂ ਗਰੀਬ ਹੈ, ਅਸੀਂ ਦਿਲ ਦੇ ਗਰੀਬ, ਦਿਲ ਦੇ ਅਮੀਰ ਹੈ। ਅਸੀਂ ਜੋ ਕਹਾਂਗੇ ਉਹ ਕਰਕੇ ਦੱਸਾਂਗੇ ਜਨਤਾ ਨੂੰ, ਇਹ ਨਹੀਂ ਵੀ ਉਹ ਨਹੀਂ, ਆਪਾਂ ਕਰਕੇ ਦੱਸਾਂਗੇ ਜਨਤਾ ਨੂੰ, ਕਿਉਂਕਿ ਗਰੀਬ ਦਾ ਮੁੱਦਾ ਗਰੀਬ ਹੀ ਜਾਣ ਸਕਦਾ, ਗਰੀਬ ਦੀ ਜਿਹੜੀ ਸੱਟ ਲੱਗਦੀ ਹੈ ਉਹ ਗਰੀਬ ਹੀ ਜਾਣ ਸਕਦਾ, ਅਮੀਰ ਨਹੀਂ ਜਾਣ ਸਕਦਾ। ਬਿਲਕੁਲ ਅਮੀਰ ਬਿਲਕੁਲ ਨਹੀਂ ਸਮਝਦੇ, ਅਸੀਂ ਕਹਿੰਦੇ ਕਿ ਸਾਡਾ ਵੀਰ ਖੜਾ ਹੋ ਜਾਣਾ, ਇਹਦੀ ਡੱਟ ਕੇ ਸਪੋਰਟ ਕਰੋ। ਅਸੀਂ ਨਹੀਂ ਡਰਦੇ, ਮੈਨੂੰ 10 ਲੱਖ ਤੱਕ ਔਫਰ ਆ ਗਿਆ, 10 ਲੱਖ ਥੋੜ੍ਹਾ ਨਹੀਂ 10 ਲੱਖ, ਮੈਂ ਕੀ ਕਰ 10 ਲੱਖ ਲੈ ਕੇ ਮੈਂ ਆਪਣੇ ਅੰਦਰ ਹੀ ਵੜ ਸਕਦਾ, ਮੈਂ ਆਪਣੇ ਅੰਦਰ ਹੀ ਵੜ ਸਕਦਾ, ਪਰ ਨਹੀਂ, ਮੈਂ ਗਰੀਬਾਂ ਕਾਰਨ ਲੜਨਾ, ਮੈਨੂੰ ਭਾਵੇਂ 1 ਵੋਟ ਪਵੇ ਪਰ ਮੈਂ ਲੜਨਾ ਅਤੇ ਲੜਨਾ ਹੀ ਹੈ। ਬਸ ਤੁਹਾਡੇ ਉੱਥੋਂ MP ਸਨੀ ਦਿਓਲ ਜਿਹੜੇ ਨੇ ਕਦੇ ਹਲਕੇ 'ਚ ਨਹੀਂ ਪਹੁੰਚੇ, ਹੈ ਨਾ, ਅਤੇ ਤੁਸੀਂ ਕਿਹੜੇ ਮੁੱਦੇ 'ਚ ਲੈ ਕੇ ਪਹੁੰਚੋਗੇ ਲੋਕਾਂ ਦੇ ਵਿੱਚ ਗੁਰਦਾਸਪੁਰ? ਦੇਖੋ ਉਹ ਤਾਂ ਸਨੀ ਦਿਓਲ ਆਉਂਦਾ ਸੀ, ਉਹ ਕਹਿੰਦਾ ਮੇਰਾ 2.5 ਕਿਲੋ ਕਾ ਹੱਥ ਜਿੱਥੇ ਵੱਜਦਾ ਉੱਥੇ ਤੋੜ ਦਿੰਦਾ, ਉਹ ਮੈਂ ਕਹਿੰਦਾ ਸਾਡੀ 1 ਉਂਗਲੀ ਬੜੀ ਆ, ਸਾਡੀ 1 ਉਂਗਲੀ ਬੜੀ ਆ, ਜਦੋਂ ਵਰਗੀ ਨਾ ਤਾਂ ਜਨਤਾ ਨੂੰ ਆਪਣੇ ਆਪ ਪਤਾ ਲੱਗਣਾ ਕਿ ਬਾਕੀ ਕੋਈ ਗਰੀਬ ਦੀ ਉਂਗਲ ਖੜੀ ਹੋਈ ਹੈ। ਉਹ ਤਾਂ ਉਹਨੂੰ ਮੁੱਕਾ ਦੱਸਿਆ ਸੀ ਨਾ, ਅਸੀਂ ਤਾਂ ਉਂਗਲੀ ਬੜੀ ਸਾਡੀ, ਜੇ ਸਾਡੀ ਪਬਲਿਕ 1 ਮੋਟੀ ਹੋ ਜਾਵੇ ਨਾ ਤਾਂ ਇਹ ਵੱਡੀਆਂ ਵੱਡੀਆਂ ਪਾਰਟੀਆਂ ਦੁਮਦਮਾਦੀਆਂ ਭੰਗਣਗੀਆਂ, ਦੁਮਦਮਾਦੀਆਂ ਭੰਗਣਗੀਆਂ, ਬੈਗ ਮੁੱਢ 'ਤੇ ਪਾ ਕੇ ਨੱਠਣਗੀਆਂ ਪਾਰਟੀਆਂ। ਅਸੀਂ ਕਹਿੰਦੇ ਹਾਂ ਕਿ ਗਰੀਬ ਦੀ ਸੁਣੋ, ਗਰੀਬ ਦੀ ਸੁਣਦੇ ਨਹੀਂ, ਕਿਹੜੀ ਗੱਲ ਹੈ ਜਿਹੜੀ ਗਰੀਬ ਦੀ ਸੁਣਦੇ ਹੈ, ਪਰ ਅਸੀਂ 1 ਮੁੱਦਾ ਐਸਾ ਲੈ ਕੇ ਆ ਰਹੇ ਹਾਂ ਕਿ ਅਸੀਂ ਪੰਜਾਬ ਦਾ, ਪੰਜਾਬ ਦੀ 1 ਐਸੀ ਇਤਿਹਾਸ ਬਦਲ ਦਿਆਂਗੇ ਜਿਹਦੇ ਤੱਕ ਹਜੇ ਤੱਕ ਕਿਸੇ ਨੇ ਵੀ ਇਤਿਹਾਸ ਨਹੀਂ ਬਦਲਿਆ। ਇਹ ਜਦੋਂ ਅਸੀਂ ਬਣਾਂਗੇ ਤਾਂ ਫਿਰ ਦੱਸਾਂਗੇ ਅਸੀਂ ਕੀ ਚੀਜ਼ ਹਾਂ ਔਰ ਸਾਡੀ ਪਾਰਟੀ ਕੀ ਚੀਜ਼ ਹੈ। ਬਿਲਕੁਲ, ਅਸੀਂ ਇਤਿਹਾਸ ਬਦਲਣਾ, ਇਤਿਹਾਸ ਇਹ ਲੋਕ ਸੋਚਣ 'ਤੇ ਮਜਬੂਰ ਕਰ ਦੇਣੇ, ਅਸੀਂ ਸੋਚਣ 'ਤੇ ਵੀ ਇਹ ਸੋਚਣ 'ਤੇ ਮਜਬੂਰ ਕਰ ਦੇਣੇ ਆ ਵੀ ਇਹ ਲੋਕਾਂ ਨੇ ਬਣ ਕੀ ਗਿਆ, ਜਦੋਂ ਅਸੀਂ ਇਤਿਹਾਸ ਹੀ ਬਦਲ ਦੇਣਾ ਤਾਂ ਇਹ ਲੋਕ ਤਾਂ ਆਪੇ ਦੁਮ ਦਮਾ ਕੇ ਭਾਗਣੀ ਹੈ। ਅਸੀਂ ਇਹ ਕਹਿੰਦੇ ਹਾਂ ਕਿ ਗਰੀਬ ਪਰਿਵਾਰ ਨੂੰ ਅੱਗੇ ਲੈ ਕੇ ਆਓ, ਇਹ ਲੋਕਾਂ ਨੇ ਨਹੀਂ ਸਾਨੂੰ ਲੈ ਕੇ ਆਉਣਾ, ਸਾਨੂੰ ਆਪੇ ਹੀ ਹਿੰਮਤ ਕਰਨੀ। ਬਾਬਾ ਸਾਹਿਬ ਨੇ ਖੁਦ ਕਿੰਨੀ ਹਿੰਮਤ ਕਰਕੇ ਅੱਜ ਸਾਨੂੰ ਸੰਵਿਧਾਨ ਦਿਲਾਇਆ, ਅਗਰ ਇਹ ਸਾਡੇ ਸੰਵਿਧਾਨ ਨੂੰ ਛੇੜਾਂਗੇ ਤਾਂ ਅਸੀਂ ਇਹਨਾਂ ਨੂੰ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ, ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ। ਤਾਂ ਤੁਸੀਂ ਕਿਹਾ ਕਿ ਤੁਸੀਂ ਹਾਲਾਤ ਬਦਲ ਦੋਗੇ ਪੰਜਾਬ ਦੇ ਜੇਕਰ ਤੁਸੀਂ MP ਬਣਦੇ ਹੋ, ਕੀ ਲੱਗਦਾ ਕਿ ਜਦੋਂ ਇੱਕ ਬੰਦਾ ਲੀਡਰ ਬਣ ਜਾਂਦਾ ਉਦੋਂ ਹੀ ਹਾਲਾਤ ਬਦਲੇ ਜਾ ਸਕਦੇ, ਸਮਾਜ ਸੇਵੀ ਕੰਮ ਕਰਕੇ ਨਹੀਂ ਬਦਲੇ ਜਾ ਸਕਦੇ? ਮਾਰੇ ਮੇਰੀ ਗੱਲ, ਇਹ ਹਾਲਾਤ ਗਰੀਬ ਬੰਦਾ ਹੀ ਬਦਲ ਸਕਦਾ, ਪਹਿਲੇ ਵੀ ਤੁਹਾਨੂੰ ਦੱਸਿਆ ਕਿ ਇਹ ਅਮੀਰ ਬੰਦੇ ਹਾਲਾਤ ਨਹੀਂ ਬਦਲ ਸਕਦੇ, ਇਹ ਗਰੀਬ ਬੰਦੇ ਨੂੰ ਹੀ ਪਤਾ ਕਿ ਅਸੀਂ 1 ਦਿਹਾੜੀ ਲਾਉਣ ਜਾਂਦੇ ਹਾਂ ਨਾ ਮਿਸਤਰੀ ਨਾਲ, ਅਤੇ ਉਹ ਸਾਡੇ ਕੋਲ 1 ਇੱਟ ਵੀ ਚੁਕਵਾਉਂਦਾ, ਮਸਾਲਾ ਵੀ ਬਣਾਉਂਦਾ, ਕਿੰਨਾ ਕੰਮ ਕਰਵਾਉਂਦਾ। ਉਹ ਗਰੀਬ ਨੂੰ ਪਤਾ ਕਿ ਮੈਂ 500 ਰੁਪਏ ਸ਼ਾਮ ਨੂੰ ਲੈ ਕੇ ਆਇਆ, ਕਿਹੜੇ ਹਾਲਾਤ ਨੂੰ ਲੈ ਕੇ ਆ, ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਕਰੋੜ, ਇੱਧਰੋਂ ਕਰੋੜ ਆ ਰਿਹਾ, ਇੱਧਰੋਂ ਕਰੋੜ ਆਇਆ, ਕੋਈ ਕ੍ਰੈਸਰ ਵਾਲਾ ਦੇ ਰਿਹਾ, ਕੋਈ ਫੈਕਟਰੀ ਵਾਲਾ ਦੇ ਰਿਹਾ, ਇਹਨਾਂ ਨੂੰ ਕੀ ਫਰਕ ਹੈ? ਫਰਕ ਸਾਡੇ ਲੋਕਾਂ ਨੂੰ ਹੈ ਜਿਹੜਾ ਅਸੀਂ ਦਿਹਾੜੀ ਲਾ ਕੇ 500 ਰੁਪਇਆ ਆਪਣੇ ਘਰ ਦਾ ਕੇ ਦਿੰਦੇ ਹਾਂ। ਅਸੀਂ ਇਹ ਕਹਿੰਦੇ ਹਾਂ ਕਿ ਗਰੀਬ ਪਰਿਵਾਰ ਨੂੰ ਅੱਗੇ ਲੈ ਕੇ ਆਓ, ਅਤੇ ਤਾਂ ਕਰਕੇ ਸਾਡਾ ਸਮਾਜ ਪੂਰਾ, ਅਸੀਂ ਆਪਣੇ ਸਮਾਜ ਦੀ ਪੂਰੇ ਸਮਾਜ ਦਾ ਭਲਾ ਹੋ ਸਕੇ, ਇਹ ਨਹੀਂ ਕਿ ਇਕੱਲਾ ਸਾਡੇ ਸਮਾਜ ਗਰੀਬ ਹੈ, ਆਲ ਸਮਾਜ ਗਰੀਬ ਹੈ, ਆਲ ਸਮਾਜ ਦੀ ਅਸੀਂ ਹੈਲਪ ਕਰਨੀ ਹੈ। ਅਸੀਂ ਪਾਰਟੀਆਂ ਨੂੰ, ਪਾਰਟੀਆਂ ਅਸੀਂ ਕਹਿੰਦੇ ਕਿਸੇ ਪਾਰਟੀ ਮਾੜੀ, ਪਾਰਟੀਆਂ ਨੇ ਇਹਦੀ ਸੋਚ ਮਾੜੀ ਹੈ, ਮੋਦੀ ਸਾਹਿਬ ਨੇ ਸਭ ਕੁਛ ਹੀ ਵੇਚਤਾ, ਸਾਡੇ ਵੱਲ ਤਾਂ ਛੱਡਿਆ ਕੁਛ ਨਹੀਂ, ਉਹਨੇ ਜੋ ਟ੍ਰੇਨਾਂ ਦੇ ਵੀ ਦੇਖੋ, ਅਵਾਨੀ ਅਡਾਨੀ ਅਵਾਨੀ ਅਡਾਨੀ, ਇਹ ਕਿੱਧਰ ਗਏ, ਸਭ ਕੁਛ ਵੇਚ ਦਿੱਤਾ ਇਹਨਾਂ ਨੇ, ਹੁਣ ਅੱਗੇ ਵੀ ਦੇ ਹਾਲਾਤ ਇੱਦਾਂ ਦੇ ਰਹਿਣਗੇ ਅਤੇ ਇਹਨਾਂ ਨੇ ਪੂਰੇ ਪੰਜਾਬ ਨੂੰ ਹੀ ਵੇਚ ਕੇ ਖਾ ਜਾਣਾ। ਨੰਨਾ ਜੀ, ਜਦੋਂ ਚੋਣ ਪ੍ਰਚਾਰ ਕਰਦੇ ਆ ਨਾ ਉਦੋਂ ਫੰਡ ਦੀ ਜ਼ਰੂਰਤ ਵੀ ਪੈਂਦੀ ਆ, ਫਿਰ ਤੁਸੀਂ ਕਿੱਦਾਂ ਫੰਡ ਲਗਾਓਗੇ?
ਦੇਖੋ ਜੀ, ਮੈਂ ਸ਼ੁਰੂ ਤੋਂ ਹੀ ਜਦੋਂ ਦੀ ਮੈਂ ਆਪਣੀ ਚੋਣ ਕੰਪੇਨ ਸ਼ੁਰੂ ਕੀਤੀ ਹੈ, ਮੈਂ ਜਨਤਾ ਨੂੰ ਸ਼ੁਰੂ ਤੋਂ ਹੀ ਅਪੀਲ ਕਰਦੀ ਹੈ ਕਿ ਮੇਰੇ ਕੋਲ ਕੁਛ ਨਹੀਂ ਹੈ, ਮੇਰੇ ਲਈ ਜੋ ਮੇਰੇ ਭਰਾ, ਮੇਰੇ ਯਾਰ ਦੋਸਤ, ਮੇਰੇ ਬੇਲੀ, ਇਹ ਮੇਰੀ ਮਦਦ ਕਰ ਰਹੇ ਨੇ, ਜੋ ਵੀ ਇੰਤਜ਼ਾਮ ਕਰਦੇ ਨੇ ਕਿਤੇ ਵੀ ਅਸੀਂ ਜਾਣਾ ਜਾਂ ਜੋ ਵੀ ਖਰਚਾ ਹੈ, ਉਹ ਮੇਰੇ ਛੋਟੇ ਭਰਾ, ਵੱਡੇ ਭਰਾ, ਸਾਰੇ ਮੇਰੇ ਯਾਰ ਦੋਸਤ, ਇਹ ਮੇਰੀ ਹੈਲਪ ਕਰ ਰਹੇ ਨੇ। ਅਤੇ ਦੂਜੀ ਜਿਹੜੀ ਹੈ ਆਪਣਾ, ਮੈਨੂੰ ਸਾਰੇ ਲੋਕ ਜਿਵੇਂ ਸਪੋਰਟ ਕਰ ਰਹੇ ਨੇ, ਤਾਂ ਮੈਂ ਲੋਕਾਂ ਨੂੰ ਇਹ ਵੀ ਕਹੂੰਗਾ ਕਿ ਮੇਰੇ ਕੋਲ ਤੁਹਾਨੂੰ ਦੇਣ ਵਾਸਤੇ ਹਜੇ ਕੁਛ ਵੀ ਨਹੀਂ ਹੈ, ਨਾ ਮੈਂ ਤੁਹਾਨੂੰ ਕੁਛ ਖਵਾ ਪਿਆ ਸਕਦਾ। ਅੱਜ ਵੀ ਦੇਖ ਲਓ ਜਿਹੜਾ ਇੰਤਜ਼ਾਮ ਹੈ, ਮੈਂ ਕਿਸੇ ਵਾਸਤੇ ਚਾਹ ਪਾਣੀ ਬਿਸਕੁਟ ਦਾ ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਾ, ਕੋਈ ਵੀ ਇੰਤਜ਼ਾਮ ਨਹੀਂ ਕੀਤਾ ਗਾ। ਇਹ ਸਵੇਰੇ 11 ਵਜੇ ਦੇ ਜਿਹੜੇ ਲੋਕ ਹੈ, ਵੋਟਰ ਹੈ, ਮੇਰੇ ਜਨਤਾ ਹੈ, ਸਵੇਰੇ 11 ਵਜੇ ਦੇ ਇੱਥੇ ਧੁੱਪ ਦੇ ਵਿੱਚ ਖੜ੍ਹੇ ਹਾਂ, ਪਰ ਕਿਸੇ ਕੋਈ ਵੀ ਮੇਰੇ ਤੋਂ ਨਾਰਾਜ਼ ਨਹੀਂ ਹੋਇਆ ਗਾ। ਅਤੇ ਮੈਂ ਦੂਜਾ, ਹਾਂ, ਜੇ ਮੈਂ ਜਿੱਤ ਕੇ ਜਾਂਦਾ, ਮੈਨੂੰ ਇਹ ਜਨਤਾ ਜਿਤਾਉਂਦੀ ਹੈ ਪੂਰੇ ਪਟਿਆਲੇ ਦੀ, ਤਾਂ ਮੈਂ ਇਹਨਾਂ ਲੋਕਾਂ ਨੂੰ ਇਹ ਵਿਸ਼ਵਾਸ ਦਿੰਦਾ ਕਿ ਜੇ ਅੱਜ ਮੈਂ ਤੁਹਾਨੂੰ ਕੁਝ ਨਹੀਂ ਦੇ ਸਕਦਾ ਗਾ, ਜਿਹੜਾ MP ਕੋਟੇ ਦਾ ਸਾਲ ਦਾ 5 ਕਰੋੜ ਰੁਪਇਆ ਆਉਂਦਾ ਨਾ, ਉਹਦਾ ਮੈਂ 5 ਕਰੋੜ ਦਾ ਇਹੀ ਜਨਤਾ ਨੂੰ 1-1 ਰੁਪਏ ਦਾ ਹਿਸਾਬ ਦੇਵਾਂਗਾ। ਅਤੇ ਜਿਹੜੀ ਜਿੱਥੋਂ ਤੱਕ ਮੇਰਾ ਅਨੁਮਾਨ ਹੈ, ਸ਼ਾਇਦ ਇਹ ਕਿਸੇ ਲੀਡਰ ਨੇ ਨਹੀਂ ਜਨਤਾ ਨੂੰ ਦੱਸਿਆ ਹੋਣਾ ਕਿ MP ਦੀ ਜਿਹੜੀ ਤਨਖਾਹ ਹੈ ਘੱਟੋ ਘੱਟ 2 ਲੱਖ ਰੁਪਇਆ ਹੁੰਦੀ ਹੈ। ਤਾਂ ਮੈਂ ਪਹਿਲੇ ਵੀ ਇੰਟਰਵਿਊ 'ਚ ਕਹਿ ਚੁੱਕਿਆ ਅਤੇ ਅੱਜ ਵੀ ਤੁਹਾਡੇ ਇੰਟਰਵਿਊ 'ਤੇ ਇਹ ਗੱਲ ਦਾ ਐਲਾਨ ਕਰ ਰਿਹਾ ਕਿ ਜਿਹੜਾ ਮੰਨ ਲਓ 2 ਲੱਖ ਰੁਪਏ ਜੇ ਮੇਰੀ ਤਨਖਾਹ ਹੋਏਗੀ ਨਾ, ਜੇ ਮੈਂ ਜਿੱਤਦਾ, ਤਾਂ ਉਹਦੇ ਵਿੱਚੋਂ 1,80,000 ਰੁਪਇਆ ਮੈਂ ਜਨਤਾ ਦੇ ਕੰਮਾਂ 'ਤੇ ਲਾਵਾਂਗਾ। ਠੀਕ ਹੈ, ਜੇ ਮੈਂ ਹੋਰ ਕੋਈ ਕੰਮ ਨਹੀਂ ਕਰਾਂਗਾ ਤਾਂ ਮੈਨੂੰ ਆਪਣੇ ਵਾਸਤੇ ਵੀ 10-20 ਹਜ਼ਾਰ ਦੀ ਲੋੜ ਹੈ, ਮੈਂ ਉਹ ਆਪਣੇ 'ਤੇ ਖਰਚ ਕਰਾਂਗਾ, ਲੇਕਿਨ 1,80,000 ਰੁਪਇਆ ਮੈਂ ਜਨਤਾ ਦੇ ਕੰਮਾਂ 'ਤੇ ਲਾਵਾਂਗਾ, ਔਰ ਉਹਦਾ 1-1 ਪਾਈ ਦਾ 1-1 ਰੁਪਏ ਦਾ ਹਿਸਾਬ ਦੇਵਾਂਗਾ ਜਨਤਾ ਨੂੰ। ਤੁਸੀਂ ਕੁਛ ਕਹਿਣਾ ਚਾਹੁੰਦੇ ਸੀਗੇ? ਦੇਖੋ ਜੀ, ਤੁਸੀਂ ਸਮਾਜ ਸੇਵਕ ਦੀ ਗੱਲ ਕੀਤੀ ਹੈ ਜੀ, ਸਮਾਜ ਸੇਵਕ, ਪ੍ਰਧਾਨ, ਲੀਡਰ, ਸਾਰੇ ਮੇਰੇ ਪਿੱਛੇ ਹੱਥ ਧੋ ਕੇ ਪੈ ਗਏ ਜੀ। ਮੈਂ ਪਤਾ ਨਹੀਂ ਇਹਨਾਂ ਦਾ ਕੀ ਚੱਕ ਲਿਆ, ਮੇਰਾ ਸਿਰਫ ਕਸੂਰ ਇਹ ਹੈ ਕਿ ਮੈਂ ਇਲੈਕਸ਼ਨ 'ਚ ਖੜਾ ਹੋ ਗਿਆ, ਲੋਕਾਂ ਨੇ ਮੈਨੂੰ ਮਸ਼ਹੂਰ ਕਰ ਦਿੱਤਾ, ਲੋਕਾਂ ਨੇ ਵੀ ਕਿਹਾ ਵੀ ਯਾਰ ਦਰਿਆ ਦਿਲ ਦਿਖਾਤਾ, ਵੀ ਯਾਰ ਚੱਲ ਕੋਈ ਨਹੀਂ, ਇਹ ਗਰੀਬ ਬੰਦਾ, ਇਹਨੂੰ ਅੱਗੇ ਲੈ ਕੇ ਜਾਓ ਯਾਰ। ਮੈਨੂੰ ਸਪੋਰਟ ਕੀਤੀ, 4599 ਵੋਟ ਪਈ, ਉਹ ਵੋਟ ਜਿਹੜੀ 4599 ਪਈ, ਮੈਂ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਪਿਆ, 4599 ਲੋਕਾਂ ਨੇ ਆਪਣੀ ਮਰਜ਼ੀ ਨਾਲ ਵੋਟ ਪਾਈ। ਔਰ ਸ਼ਹਿਰ 'ਚ ਕਿੰਨੇ MP ਜਦੋਂ MP ਚੋਣਾਂ ਆਈਆਂ ਸੀ, ਉਸ 27 ਕੈਂਡੀਡੇਟ ਸੀਗੇ, 27 ਕੈਂਡੀਡੇਟਾਂ, ਸਿਰਫ 2 ਹੀ ਜਣੇ ਚਿਹਰੇ ਸੀਗੇ, ਇੱਕ ਸੁਸ਼ੀਲ ਰਿੰਕੂ, ਦੂਜਾ ਨੀਟੂ ਸ਼ਟਰਾਂ ਵਾਲਾ। ਔਰ ਸੁਸ਼ੀਲ ਰਿੰਕੂ ਵੀ ਹੈਰਾਨ ਸੀਗਾ ਕਿ 4599 ਵੋਟ ਲੈ ਜਾਣ ਵਾਲਾ, ਨੀਟੂ ਸ਼ਟਰਾਂ ਵਾਲਾ, ਕਿ ਜਿਹਨੇ ਕਿ ਚੋਣ ਪ੍ਰਚਾਰ ਵੀ ਨਹੀਂ ਇੰਨਾ ਚੰਗ ਚੱਜ ਨਾਲ ਕੀਤਾ। ਸਿਰਫ ਮੇਰਾ 2 ਦਿਨ ਚੋਣ ਪ੍ਰਚਾਰ ਹੋਇਆ, ਬਾਕੀ ਦਿਨ ਮੇਰੇ ਨਾਲ ਲੜਾਈਆਂ, ਝਗੜੇ, ਇਹ ਇਹਨਾਂ ਦੇ ਜਿਹੜੇ ਚਮਚੇ ਸੀਗੇ, ਉਹ ਵੋਟਾਂ ਕਦੀ ਉਹ ਕੁਛ ਕਰਾ ਦੇਣ, ਕਦੀ ਕੁਛ ਕਰਾਉਣ, ਕਦੀ। ਮੈਂ ਚੋਣ ਕਮਿਸ਼ਨ ਅੱਗੇ ਬੇਨਤੀ ਕਰਨਾ ਚਾਹੁੰਦਾ ਵੀ ਇਲੈਕਸ਼ਨਾਂ ਵਿੱਚ ਇੱਦਾਂ ਦੇ ਬੰਦਿਆਂ ਨੂੰ ਨੱਥ ਪਾਈ ਜਾਵੇ, ਜਿਹੜਾ ਵੀ ਇੱਦਾਂ ਦਾ ਕੋਈ ਧਮਕੀ ਦਿੰਦਾ ਉਹਨੂੰ ਹਮੇਸ਼ਾ ਲਈ ਦੱਸਿਆ ਜਾਵੇ ਵੀ ਤੂੰ ਕੀ ਚੀਜ਼ ਹੈ। ਸਾਡਾ ਦਿਲ ਨਹੀਂ ਕਰਦਾ ਕਿ ਇਲੈਕਸ਼ਨ ਲੜਨ ਨੂੰ, ਆਪਣੇ ਪੈਸੇ ਫੂਕ ਕੇ ਅਸੀਂ ਕਲਾਉਂਦੇ ਹਾਂ, ਅਸੀਂ ਬਾਅਦ 'ਚੋਂ ਅਸੀਂ ਕੁਛ ਨਹੀਂ ਹੁੰਦਾ, ਅਸਲ ਦਿਲ ਟੁੱਟਦਾ ਵਾ, ਦਿਲ ਬਹੁਤ ਤਰੀਕੇ ਨਾਲ ਟੁੱਟਦਾ ਵਾ। ਪਰ ਜੇ ਇਹੀ ਚੰਗੇ ਲੀਡਰ ਕੰਮ ਚੰਗੇ ਕਰ ਦੇਣ, ਮਹਿੰਗਾਈ ਘਟਾ ਦੇਣ, ਲੋਕਾਂ ਨੂੰ ਨੌਕਰੀ ਦੇ ਦੇਣ, ਅੱਜ ਜਾਓ ਮੈਂ ਤੁਹਾਨੂੰ ਲਿਖਤੀ ਰੂਪ ਨਾਲ ਦਿੰਦਾ, ਨੀਟੂ ਸ਼ਟਰਾਂ ਵਾਲਾ ਕਦੀ ਇਲੈਕਸ਼ਨ ਨਹੀਂ ਲੜੇਗਾ। ਔਰ ਜੇ ਕੱਲ੍ਹ ਪਰਸੋਂ ਕਿਸੇ ਬੰਦੇ ਨੇ ਬਿਆਨ ਦਿੱਤਾ, ਮੈਨੂੰ ਫੋਨ ਕੀਤਾ, ਕਹਿੰਦਾ ਮੈਂ ਬਾਬਾ ਮਰਾਸ਼ਾ ਨੂੰ ਮੈਂ ਬੁਰਾ ਭਲਾ ਕਹੂੰਗਾ, ਲਾਡੀ ਸਾਈਂ ਸਰਕਾਰ ਨੂੰ ਕਹੂੰਗਾ, ਤੂੰ ਮੈਨੂੰ ਕੁਛ ਕਰ ਲਾ। ਮੈਂ ਕਿਹਾ ਵੀ ਵੇਖ, ਮੈਂ ਜਸਵੀਰ ਜੱਸੀ ਦਾ ਬਹੁਤ ਬੁਰਾ ਹਾਲ ਕੀਤਾ ਸੀਗਾ, ਉਹ ਜਿਹੜਾ ਧਰਮ ਦੇ ਜਿਹੜਾ ਦੂਜੇ ਧਰਮ ਟਾਰਗੇਟ ਕਰਦਾ ਨਾ, ਉਹ ਇਨਸਾਨ ਨਹੀਂ ਹੈਗਾ, ਉਹ ਬੰਦਾ ਬੇਵਕੂਫ ਨਿਕੰਮਾ ਬੰਦਾ ਵਾ। ਕਹਿੰਦਾ ਤੂੰ ਜਸਵੀਰ ਜੱਸੀ ਨੂੰ ਇੰਨਾ ਗੱਲ ਕਿਉਂ ਕਹੀ, ਜੇ ਵੋ ਫਲਾਂਟੀ। ਮੈਂ ਕਿਹਾ ਮੈਂ ਕਹੀ ਹੈ, ਮੈਂ ਕਿਹਾ ਨਕੋਦਰ ਦੀ ਪਾਕ ਧਰਤੀ ਹੈ, 1 ਤਰੀਕ ਨੂੰ ਅਤੇ 2 ਤਰੀਕ ਨੂੰ ਜਾ ਕੇ ਦੇਖ ਕੇ ਮੇਲਾ ਲੱਗਦਾ, ਔਰ ਹਰ ਵੀਰਵਾਰ, ਹਰ ਐਤਵਾਰ ਲੱਗਦਾ। ਮੈਂ ਕਿਹਾ ਉਹਨਾਂ ਦੀ ਜੁੱਤੀ ਵਰਗਾ, ਅਸੀਂ ਉਹਨਾਂ ਦਰਦ ਦੇ ਕੁੱਤੇ ਹਾਂ, ਉਹਨਾਂ ਦੀ ਜੁੱਤੀ ਵਰਗਾ ਵੀ ਤੂੰ ਹੈ ਨਹੀਂਗਾ। ਅਤੇ ਗੱਲ ਕਰੀਏ ਕਿ ਲੋਕ ਅੱਜ ਕੈਦ ਕੀ ਵੋਟਾਂ ਭਾਅ ਜੀ ਨੂੰ ਪਾਉਣ,
ਤੇ ਸਾਡੇ ਭਰਾ ਲੱਲੀ ਨੂੰ ਕਾਮਯਾਬ ਕਰਨ ਦੀ। ਬਸ ਤਾਂ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਲੀਡਰ ਜਿਹੜੇ ਨੇ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਕਰਦੇ ਹੋਏ ਨਜ਼ਰ ਆ ਰਹੇ ਨੇ, ਉੱਥੇ ਹੀ ਜੋ ਆਜ਼ਾਦ ਉਮੀਦਵਾਰ ਨੇ ਉਹਨਾਂ ਦੇ ਹੌਂਸਲੇ ਵੀ ਬੁਲੰਦ ਨਜ਼ਰ ਆ ਰਹੇ ਨੇ, ਉਹਨਾਂ ਦੇ ਵੱਲੋਂ ਵੀ ਜਿੱਤ ਦੇ ਵੱਡੇ ਵੱਡੇ ਦਾਅਵੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਕੈਮਰਾਮੈਨ ਪ੍ਰਵੀਨ ਦੇ ਨਾਲ ਮੈਂ ਮੀਨਾਕਸ਼ੀ ਧਾਰੀਵਾਲ, ਰਾਜਪੁਰਾ।